ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਤੇਜਪਾਲ ਸਿੰਘ ਮਨਿਹਾਸ ਵੱਲੋਂ ਸਵਾਗਤ ਹੈ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਜੰਕਸ਼ਨ ਕੁਝ ਸਮਾਂ ਇਹੋ ਜਿਹਾ ਹੁੰਦਾ ਹੈ ਜਦੋਂ ਇਤਿਹਾਸ ਬਣਦੇ ਨੇ ਤੇ ਅੱਜ ਕੱਲ ਜਿਹੜਾ ਸਮਾਂ ਹੈਗਾ ਪੰਜਾਬ ਚ ਕਹਿ ਲਓ ਜਾਂ ਭਾਰਤ ਚ ਕਹਿ ਲਓ ਉਹ ਇੱਕ ਇਤਿਹਾਸ ਬਣ ਰਿਹਾ ਕੱਲ ਤੋਂ ਕਿਸਾਨ ਜਿਹੜੇ ਆ ਉਹਨਾਂ ਨੇ ਕੂਚ ਕੀਤਾ ਦਿੱਲੀ ਵੱਲੋਂ ਜਿਆਦਾ ਗੱਲਾਂ ਇਹਦੇ ਬਾਰੇ ਹੀ ਹੋਣਗੀਆਂ ਇੱਕ ਦੋ ਹੋਰ ਛੋਟ ਛੋਟੀਆਂ ਖਬਰਾਂ ਨੇ ਉਦੇ ਬਾਰੇ ਥੋੜੀ ਬਹੁਤੀ ਚਰਚਾ ਜ਼ਰੂਰ ਕਰਾਂਗੇ ਤੇ ਜਿਨ੍ਹਾਂ ਨਾਲ ਆਪਾਂ ਚਰਚਾ ਕਰਨੀ ਹੈ ਉਹ ਨੇ ਸਰਦਾਰ ਨਰਿੰਦਰ ਸਿੰਘ ਸੱਤੀ ਸਾਡੇ ਕੋਲ ਆਏ ਬੈਠੇ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹੀਏ ਜੀ ਆਇਆਂ ਨੂੰ ਸੱਤੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇਜਪਾਲ ਜੀ ਸਤਿ ਸ੍ਰੀ ਅਕਾਲ ਸੱਤੀ ਸਾਹਿਬ ਪੰਜਾਬੀ ਦਾ ਇੱਕ ਸੇਂਗ ਕਹਿ ਲਓ ਜਾਂ ਸ਼ੇਅਰ ਕਹਿ ਲਓ ਕਹਿੰਦੇ ਗਲ ਪਹਿ ਜਾਣ ਜਦ ਅੱਕੇ ਲੋਕ ਬੰਬ ਬੰਦੂਕਾਂ ਨਾਲ ਸੱਕਣ ਰੁਕ ਜੀ ਕੀ ਦੇਖਦੇ ਆਂ ਜੀ ਇਸ ਤਰ੍ਹਾਂ ਆ ਤੇਜਪਾਲ ਜੀ ਭਈ ਅੰਤ ਜਿਹੜੇ ਅੱਕੇ ਹੋਏ ਲੋਕ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਕਰਨਾ ਹੁੰਦਾ ਜੀ ਤਾਂ ਦਿੱਲੀ ਦੀ ਹਕੂਮਤ ਨੇ ਪੰਜਾਬ ਦੇ ਕਿਸਾਨਾਂ ਦੇ ਸਬਰ ਦੀ ਬਹੁਤ ਪਰਖ ਕੀਤੀ ਆ ਬਿਲਕੁਲ 2 ਮਹੀਨੇ ਅੰਦੋਲਨ ਚੱਲਦਾ ਰਿਹਾ ਇੱਕ ਵਾਰੀ ਮੀਟਿੰਗ ਦਾ ਕਹਿ ਕੇ ਜਿਹੜਾ ਸਖਤਰ ਖੇਤੀਬਾੜੀ ਆ ਭਾਰਤ ਸਰਕਾਰ ਦਾ ਜੀ ਉਹ ਕਾਨਫਰੰਸ ਲਈ ਸਾਦਾ ਵੀ ਮੈਂ ਤਾਂ ਇੱਕ ਵੀਡੀਓ ਕਾਨਫਰੰਸ ਆ ਉਹਦੇ ਲਈ ਸੱਦਾ ਭੇਜਿਆ ਫਿਰ ਮੀਟਿੰਗ ਹੁੰਦੀ ਆ ਗੱਲ ਕਿਸੇ ਸਿਰੇਣੀ ਲੱਗਦੀ ਆਪਣੀਆਂ ਮੰਗਾਂ ਰੱਖਿਉਂਦੇ ਆ ਪਹਿਲੀ ਵਾਰੀ ਜਦੋਂ ਜਾਂਦੇ ਆ ਤਾਂ ਉਥੇ ਜਿਹੜਾ ਖੇਤੀ ਭਵਨ ਹੈ ਜੀ ਉਹਦੇ ਬਾਹਰ ਖੇਤੀਬਾੜੀ ਨਾਲ ਸੰਬੰਧਤ ਉਹ ਜਿਹੜੇ ਕਾਲੇ ਕਾਨੂੰਨ ਨੇ ਉਹਦੀਆਂ ਕਾਪੀਆਂ ਵੀ ਸਾੜ ਕੇ ਆਉਂਦੇ ਆ ਜੀ ਉਸ ਪਿੱਛੋਂ ਫਿਰ ਸਰਕਾਰ ਕੁਛ ਨਹੀਂ ਕਰਦੀ ਪ੍ਰਧਾਨ ਮੰਤਰੀ ਦੇਸ਼ ਦਾ ਕੋਈ ਬਿਆਨ ਨਹੀਂ ਦਿੰਦਾ ਤੇ ਇੱਕ ਸੂਬੇ ਦੇ ਸਾਰੇ ਕਿਸਾਨ ਮਜ਼ਦੂਰ ਕਿਰਤੀ ਧਿਰ ਜਿਹੜੀ ਆ ਸੜਕਾਂ ਤੇ ਬੈਠੀ ਹੋਵੇ ਜੀ ਟੋਲ ਪਲਾਜ਼ੇ ਘੇਰੇ ਹੋਣ ਭਾਜਪਾ ਆਗੂਆਂ ਨੂੰ ਸੜਕਾਂ ਤੇ ਘੇਰਿਆ ਜਾਂਦਾ ਹੋਵੇ ਉਹਨਾਂ ਦੇ ਘਰਾਂ ਮੂਰੇ ਮੋਰਚਾ ਬੰਦੀ ਕੀਤੀ ਹੋਈ ਹੋਵੇ ਹਮ ਕਾਰਪੋਰੇਟ ਸੈਕਟਰ ਦੇ ਜਿਹੜੇ ادارے ਨੇ ਕਾਰਪੋਰੇਟ ਸੈਕਟਰ ਦੇ ਦਫ਼ਤਰ ਨੇ ਉਹਨਾਂ ਨੂੰ ਘੇਰਿਆ ਹੋਵੇ ਮਾਲ ਪੈਟਰੋਲ ਪੰਪ ਤੇ ਉਹਨਾਂ ਦੇ ਗਦਾਮਾਂ ਦੀ ਘੇਰਾਬੰਦੀ ਕੀਤੀ ਹੋਈ ਹੋਵੇ ਜੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕੁਝ ਬੋਲੇ ਨਾ ਇਹ ਗੱਲ ਜਿਹੜੀ ਆ ਉਹ ਹੈਰਾਨਕੁਨ ਗੱਲ ਹੈਗੀ ਆ ਜੀ ਉਸ ਪਿੱਛੋਂ 26 27 26 ਨੂੰ ਸੰਵਿਧਾਨ ਦਿਵਸ ਵਜੋਂ ਮਨਾਉਨੇ ਆਪਾਂ ਉਸ ਦਿਨ ਇੱਕ ਤਰ੍ਹਾਂ ਦੀ ਪ੍ਰਵਾਨਗੀ ਮਿਲੀ ਸੀ ਜਿਹੜਾ ਲਾਗੂ ਆਉ ਅਗਲੇ ਬਾਰੇ ਜਾ ਕੇ 26 ਜਨਵਰੀ ਨੂੰ 26 ਜਨਵਰੀ 50 ਨੂੰ ਹੁੰਦਾ ਜਿਹੜਾ ਸਾਡਾ ਗਣਰਾਜ ਦਿਵਸ ਹੈ ਜੀ ਜੀ ਰਿਪਬਲਿਕ ਡੇ ਆਦੇਸ਼ਤਾ ਪਰ ਜਿਹੜਾ 26 ਨਵੰਬਰ 1949 ਨੂੰ ਇਹਨੂੰ ਮੋٹے ਤੌਰ ਤੇ ਪ੍ਰਵਾਨ ਕੀ ਔਰ ਇੱਕ ਤਰ੍ਹਾਂ ਨਾਲ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਕਾਰਜ ਨੂੰ ਮਾਨਤਾ ਦੇਣ ਲਈ ਉਹਨਾਂ ਨੂੰ ਵਡਿਆਉਣ ਲਈ ਉਹਨਾਂ ਦਾ ਮਾਨਤਾਣ ਕਰਨ ਲਈ ਜਾਂ ਸਮੁੱਚੀ ਟੀਮ ਸੀ ਜਿਹੜੀ ਆਪਣੇ ਕਨਸਟੀਟਿਊਸ਼ਨ ਦੀ ਡਰਾਫਟਿੰਗ ਕਮੇਟੀ ਉਹਦੇ ਲਈ ਇਹ ਮਨਾਇਆ ਜਾਂਦਾ ਸੁਭਾਮਦੇਸ ਬਿਲਕੁਲ 26 27 ਕਿਸਾਨਾਂ ਨੇ ਮਿਥ ਲਈ ਵੀ ਦਿੱਲੀ ਚਲੋ 30 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 500 ਪੂਰੇ ਮੁਲਕ ਦੀਆਂ ਇਕਠੀਆਂ ਹੋ ਗਈਆਂ ਜੀ ਅ ਹੁਣ ਹਰਿਆਣਾ ਸਰਕਾਰ ਜਿਹੜੀ ਆ ਉਹ ਤੁਸੀਂ ਦੇਖੋ ਵੀ ਕੇਂਦਰ ਚ ਵੀ ਉਹਨਾਂ ਦੀ ਹਕੂਮਤ ਆ ਹਰਿਆਣੇ ਚ ਵੀ ਭਾਜਪਾ ਦੀ ਹਕੂਮਤ ਆ ਤਾਂ ਕਿਹੜਾ ਕਾਨੂੰਨ ਆ ਵੀ ਇੱਕ ਸੂਬਾ ਜਿਹੜਾ ਮੁਲਕ ਦਾ ਜਿਹੜਾ ਉਹਨਾਂ ਹੀ ਸੂਬਾ ਆ ਜਿਨਾ ਹਰਿਆਣਾ ਸੂਬਾ ਆ ਤੇ ਉੱਥੋਂ ਦੇ ਲੋਕਾਂ ਨੂੰ ਲੰਗੜੀ ਨਾ ਦਿੱਤਾ ਜਾਂਦਾ ਹੋਵੇ ਸਤੀ ਸਾਬ ਇਹਦੇ ਤੇ ਜਿਹੜੀ ਇੱਕ ਗੱਲ ਆ ਜਿਹੜੇ ਇੰਡੀਅਨ ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਆ ਜੀ ਉਹਦੇ ਵਿੱਚ ਇੱਕ ਰਾਈਟ ਆਫ ਸਪੀਕਿੰਗ ਵੀ ਆ ਜੋ ਤੁਹਾਡਾ ਦਿਲ ਕਰੇ ਤੁਸੀਂ ਬੋਲ ਸਕਦੇ ਹੋ ਉਹ ਔਰ ਉਹਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਔਰ ਉਹਦੇ ਵਿੱਚ ਇੱਕ ਜਿਹੜੀ ਹੋਰ ਫੰਡਾਮੈਂਟਲ ਰਾਈਟ ਹੈਗਾ ਉਹ ਇਹ ਹੈ ਕਿ ਇੰਡੀਅਨ ਟੈਰੀਟਰੀ ਦੇ ਵਿੱਚ ਤੁਸੀਂ ਫਰੀਲੀ ਮੂਵ ਕਰ ਸਕਦੇ ਆ ਤੁਸੀਂ ਕੰਫਰਸ ਕਰ ਸਕਦੇ ਆ ਤੇ ਕਿਸ ਅਧਿਕਾਰ ਨਾਲ ਮਨੋਰ ਖੱਟਣ ਨੇ ਕੰਮ ਕੀਤਾ ਦੇਸ਼ ਦੇ ਸਾਰੇ ਨਾਗਰਿਕ ਨੇ ਉਹ ਦੇਸ਼ ਚ ਜਿੱਥੇ ਮਰਜ਼ੀ ਆਉਣ ਚਾਣ ਜਿੱਥੇ ਮਤਲਬ ਜਿਹੜੀ ਆਵਾਜ਼ ਆਈ ਆ ਉੱਤੇ ਕਿਵੇਂ ਇੱਕ ਸਰਕਾਰ ਰੋਕ ਲਾ ਸਕਦੀ ਆ ਕਿਹੜੇ ਕਾਨੂੰਨ ਉਂ ਦੇ ਤੈਤਾ ਮੈਂ ਤਾਂ ਇਹ ਸੋਚਦਾ ਪਰਸੋਂ ਦਾ ਕਿਉਂਕਿ ਇਹ ਮਤਲਬ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਨਾ ਜੀ ਮਤਲਬ 25 ਤੋਂ ਲੋਕਾਂ ਨੇ ਜਾਣਾ ਚਾਲੇ ਪਾਤੇ ਸੀ ਬਿਲਕੁਲ ਭਈ ਕਿਹੜੇ ਕਾਨੂੰਨ ਦੇ ਆਧਾਰ ਤੇ ਔਰ ਅਦਾਲਤਾਂ ਆਮ ਤੌਰ ਤੇ ਨਿੱਕੀ ਮੋਟੀ ਗੱਲ ਹੁੰਦੀ ਤਾਂ ਸੂਓ ਮੋਟੋ ਨੋਟਿਸ ਲੈ ਲੈਂਦੀਆਂ ਭਈ ਇਦਾਂ ਕਿਉਂ ਹੋ ਰਿਹਾ ਤੇ ਆ ਜਿਹੜਾ ਜਿਹੜਾ ਮਨੁੱਖੀ ਅਧਿਕਾਰ ਜਿਹੜੇ ਨੇ ਸਾਡੇ ਉਹਨਾਂ ਦਾ ਗਲ ਘੁੱਟਿਆ ਜਾ ਰਿਹਾ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਤੋਂ ਹੀ ਰੋਕਿਆ ਜਾ ਰਿਹਾ ਸਾਨੂੰ ਮਤਲਬ ਮੂਵਮੈਂਟ ਜਿਹੜੀ ਆ ਫਰੀ ਮੂਵਮੈਂਟ ਆਫ ਅ ਸਿਟੀਜ਼ਨ ਫਰਮ ਵਨ ਪਲੇਸ ਟੂ ਅਨ ਅਦਰ ਸੜਕਾਂ ਰੁਕੀਆਂ ਜਾ ਰਹੀਆਂ ਜਰਨਲਿਸਟ ਸੜਕ ਤੇ ਕੋਈ ਧਰਨਾ ਲਾ ਦੇਵੇ ਤਾਂ ਉਹਨਾਂ ਲੋਕਾਂ ਦੇ ਖਿਲਾਫ ਕੇਸ ਦਰਜ ਹੁੰਦੇ ਹੁਣ ਇੱਕ ਸਟੇਟ ਦੀ ਪੂਰੀ ਮਸ਼ੀਨਰੀ ਝੁੱਕੀ ਹੋਈ ਆ ਉਹਨਾਂ ਰਾਹਾਂ ਨੂੰ ਰੋਕਣ ਲਈ ਨਹੀਂ ਤੁਸੀਂ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸਤੀ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਸ਼ਾਂਤ ਜਾ ਰਹੇ ਲੋਕਾਂ ਦੇ ਉੱਤੇ ਅਥਰੂ ਗੈਸ ਸੱਟ ਰਹੇ ਹੋ ਠੀਕ ਆ ਪਾਣੀ ਦੀਆਂ ਤੋਪਾਂ ਚਲਾ ਰਹੇ ਆ ਕਰਦੇ ਫਿਰ ਉਹ ਤੋਂ ਵੱਡੀ ਗੱਲ ਸਮਾਲਖੇ ਦੇ ਲਾਗੇ ਇਹਨਾਂ ਨੇ 15 ਫੁੱਟ ਦੀ ਗੀ ਖਾਈ ਪਰ ਛੱਡੀ ਬਿਲਕੁਲ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹਚਾਇਆ ਤੇ ਉਹਦੇ ਲਈ ਕੋਈ ਕਾਨੂੰਨ ਤੇ ਹੋਊਗਾ ਨਾ ਤੇ ਖੱਟੜ ਸਾਹਿਬ ਨੂੰ ਚੱਕ ਕੇ ਅੰਦਰ ਦੇਣਾ ਚਾਹੀਦਾ ਬਿਲਕੁਲ ਜਾਨੀ ਕਿ ਇਹ ਹੀ ਮੈਂ ਕਹਿ ਰਿਹਾ ਪਈ ਕਿਹੜੇ ਕਾਨੂੰਨ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਜੀ ਜੀਟੀ ਰੋਡ ਦੇ ਵਿੱਚ ਜਰਨੈਲੀ ਸੜਕ ਤੇ ਆਵਾਜਾਈ ਬਿਗਨ ਜਾਂ ਕੋਈ ਲਿੰਕ ਰੋਡ ਵੀ ਹੋਵੇ ਸੰਪਰਕ ਸੜਕ ਹੋਵੇ ਪਿੰਡਾਂ ਦੀ ਕਿਤੇ ਆਵਾਜਾਈ ਚ ਜਿਹੜਾ ਬਿਗਨ ਪਉਣਾ ਉਹ ਕਾਨੂੰਨਨ ਜ਼ੁਰਮ ਆ ਸੋ ਹਰਿਆਣਾ ਸਰਕਾਰ ਇਹ ਜ਼ੁਰਮ ਕਰ ਰਹੀ ਆ ਤੇ ਹੁਣ ਅਦਾਲਤਾਂ ਕਿੱਥੇ ਬੈਠੀਆਂ ਠੀਕ ਆ ਹਾਈ ਕੋਰਟ ਆ ਸਾਡੀ ਸੁਪਰੀਮ ਕੋਰਟ ਆ ਆਪਾਂ ਕਹਿੰਦੇ ਆ ਵੀ ਜੀ ਅਦਾਲਤ ਦੇ ਖਿਲਾਫ ਕੋਈ ਟਿੱਪਣੀ ਨਹੀਂ ਕਰਨੀ ਪਰ ਅਦਾਲਤਾਂ ਜੇ ਹੋਰ ਮਸਲਿਆਂ ਦਾ ਸੁਓ ਮੋਟਸ ਨੋਟਿਸ ਲੈਂਦੀ ਆ ਤੇ ਹਰਿਆਣਾ ਸਰਕਾਰ ਦਾ ਆ ਜਿਹੜੀ ਬੁਰਸ਼ਾ ਕਰਦੀ ਆ ਇਹਦਾ ਨੋਟਿਸ ਅਦਾਲਤਾਂ ਕਿਉਂ ਨਹੀਂ ਲੈ ਰਹੀਆਂ ਜੀ ਫਿਰ ਤੁਸੀਂ ਇਹਦੇ ਦੌਰਾਨ ਕਈ ਕੁਛ ਜਿਹੜਾ ਆ ਉਹ ਦੇਖਣ ਨੂੰ ਆ ਰਿਹਾ ਹੌਲੀ ਹੌਲੀ ਮਸਲਨ ਇੱਕ ਬੰਦੇ ਦੀ ਬਹਾਦਰੀ ਨਵਦੀਪ ਸਿੰਘ ਹਰਿਆਣਾ ਦਾ ਇੱਕ ਨੌਜਵਾਨ ਨਿਸਾਨ ਆ ਪਾਣੀ ਦੀਆਂ ਟੋਪਾਂ ਨਾਲ ਵਾਸ਼ੜ ਕੀਤੀ ਜਾ ਰਹੀ ਆ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਨੜਾਇਆ ਜਾ ਰਿਹਾ ਜੀ ਐ ਉਹ ਆਪਣੀ ਟਰੈਕਟਰ ਟਰਾਲੀ ਛੱਡ ਕੇ ਉਸ ਪੁਲਿਸ ਦੀ ਗੱਡੀ ਉੱਤੇ ਚੜ ਜਾਂਦਾ ਪਾਣੀ ਦੀਆਂ ਤੋਪਾਂ ਦਾ ਮੂੰਹ ਜਿਹੜਾ ਆ ਉਹ ਪੁਲਿਸ ਵਾਲ ਨੂੰ ਮੋੜ ਦਿੰਦਾ ਫੇਰ ਜਦ ਤੱਕ ਪੁਲਿਸ ਉਹਨੂੰ ਕਾਬੂ ਕਰਨ ਲਈ ਉੱਤੇ ਚੜਦੀ ਆ ਤੇ ਉਹ ਫੇਰ ਛਾਲ ਮਾਰ ਕੇ ਆਪਣੇ ਟਰੈਕਟਰ ਟਰਾਲੀ ਤੇ ਆ ਜਾਂਦਾ ਉਹ ਹੀਰੋ ਬਣਿਆ ਪਿਆ ਇਹਦੇ ਚ ਇੱਕ ਗੱਲ ਹੋਰ ਦੱਸਦਾ ਉਹ ਤੇ ਹੀਰੋ ਹੈ ਜੀ ਹੁਣ ਸਰਕਾਰਾਂ ਦੀ ਗੁੰਡਾਗਰਦੀ ਫੇਰ ਦੇਖ ਲਓ ਤੇ 307 ਦਾ ਪਰਚਾ ਵੀ ਦਰਜ ਹੁੰਦਾ 307 ਦਾ ਪਰਚਾ ਦਰਜ ਕਰ ਰਹੇ ਠੀਕ ਹੈ ਇਹ ਉਸ ਪਿੱਛੋਂ ਕਿਤੇ ਕਿਤੇ ਕਈ ਜਿਹੜੀਆਂ ਗੱਲਾਂ ਦੇਖਣਸਾ ਰਹੀਆਂ ਜਿਹੜੀਆਂ ਮਾਹੌਲ ਨੂੰ ਇਨੇ ਭਖਦੇ ਮਾਹੌਲ ਦੇ ਵਿੱਚ ਵੀ ਨਾ ਜਿਹੜਾ ਸੁਖਦ ਜਿਹਈਆਂ ਗੱਲਾਂ ਨੇ ਉੱਚ ਕੀਆਂ ਵੀ ਸਾਰੇ ਸਿਆਸਤਦਾਨ ਹੁਣ ਰੋਟੀਆਂ ਸੇਕਣ ਤੇ ਲੱਗੇ ਹੋਏ ਆ ਚਾਹੇ ਉਹ ਭਾਜਪਾ ਆ ਚਾਹੇ ਉਹ ਕਾਂਗਰਸਾ ਚਾਹੇ ਉਹ ਆਪ ਵਾਲੇ ਹੋਣ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੁਣ ਇਹਨਾਂ ਨੂੰ ਕਿਸਾਨ ਕਿਰਤੀ ਚੇਤੇ ਆ ਗਏ ਸਾਰਿਆਂ ਨੂੰ ਜੀ 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 ਅ ਹੁਣ ਜਿਹੜੇ ਪਟਿਆਲਾ ਤੋਂ ਐਮਪੀ ਨੇ ਆਪ ਵੱਲੋਂ ਬਣੇ ਸੀ ਡਾਕਟਰ ਧਰਮਵੀਰ ਗਾਂਧੀ ਬਿਲਕੁਲ ਉਹ ਉਂਝ ਤਾਂ ਲੈਫਟਿਸਟ ਆ ਪਹਿਲਾਂ ਤੋਂ ਖੱਬੇ ਪੱਖੀ ਵਿਚਾਰਧਾਰਾ ਨੂੰ ਪੜਾਇਆ ਹੋਇਆ ਡਾਕਟਰ ਆ ਜੀ ਔਰ ਉਹ ਡਾਕਟਰ ਆ ਜਿਹੜਾ ਹਾਰਟ ਦੇ ਸਪੈਸ਼ਲਿਸਟ ਆ ਤੇ ਜਿਹੜੇ ਲੋਕਾਂ ਨੂੰ ਕਹਿੰਦੇ ਵੀ ਸਰਜਰੀ ਸਰਜਰੀ ਦੀ ਭਾਈ ਕੋਈ ਲੋੜ ਨਹੀਂ ਕੋਈ ਸਟੈਂਡਰਡ ਦਵਾਈਆਂ ਨਾਲ ਹੀ ਦਵਾਈਆਂ ਨਾਲ ਹੀ ਬੰਦਾ ਠੀਕ ਹੋ ਜਾਂਦਾ ਜੀ ਜੀ ਤੇ ਜਿਹਦੀ ਜੜੀ ਰੋਜ਼ ਦੀ ਆਪੀਡੀਆ ਉਹੀ ਮਤਲਬ ਆਥਣ ਤੱਕ ਨਹੀਂ ਮੁੱਕਦੀ ਉਹ ਬੰਦਾ ਉੱਥੇ ਮੁਫਤ ਆਪਣੀ ਟੀਮ ਲੈ ਕੇ ਮੁੱਫਤ ਚ ਦਵਾਦਾਰੂ ਕਰ ਰਿਹਾ ਸੀ ਜੀ ਠੀਕ ਹੈ ਸੋ ਇਦਾਂ ਦੀਆਂ ਵੀ ਕਈ ਗੱਲਾਂ ਵੀ ਉਹ ਉਹ ਸਿਆਸੀ ਰੋਟੀਆਂ ਨਹੀਂ ਸੇਕ ਰਿਹਾ ਸਾਰੇ ਲਾਹਾ ਲੈਣ ਵਾਲੇ ਨਹੀਂ ਹੁੰਦੇ ਫੇਰ ਤੁਸੀਂ ਦੇਖੋ ਵੀ ਚਾਹੇ ਉਹ ਖਨੋਰੀ ਆ ਚਾਹੇ ਉਹ ਸ਼ੰਭੂ ਆ ਚਾਹੇ ਉਹ ਰਤੀਆ ਆ ਚਾਹੇ ਉਹ ਸਰਦੂਲ ਗਾੜਿਆ ਚਾਹੇ ਉਹ ਡੱਬ ਵਾਲੀ ਦਾ ਵੀ ਕਿੱਦਾਂ ਜਿਹੜਾ ਕਿਸਾਨਾਂ ਨੇ ਜੀ ਕਿੱਦਾਂ ਲੋਕਾਂ ਦੇ ਮਤਲਬ ਜਿਹੜੀ ਲੋਕ ਨਹੀਂ ਨਾ ਉਹ ਤੇਸਪਾਲ ਜੀ ਵੱਡੀ ਤੱਕ ਜੀ ਸਾਹਿਬ ਇਹਦੇ ਚ ਮੈਂ ਪਹਿਲਾਂ ਇੱਕ ਗੱਲ ਕਹਿ ਲਵਾਂ ਜੀ ਇਤਿਹਾਸ ਦੇਖੀਏ ਆਪਾਂ ਜੀ ਤੇ ਅੱਧੀ ਰਾਤ ਨੂੰ ਪੋਹ ਦੀਆਂ ਰਾਤਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਚ ਘੋੜੇ ਠਲ ਤੇ ਜੀ ਸਰਸਾ ਚੜੀ ਹੋਈ ਸੀ ਪਾਰ ਕੀਤੀ ਦੂਜੇ ਪਾਸੇ ਗਏ ਬਿਲਕੁਲ ਜਦੋਂ اٹਕ ਦਰਿਆ ਚੜਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਘੋੜਾ ਹਲਤਾ اٹਕ ਸੀ ਪਾਰ ਕਰ ਲਿਆ ਇਹ ਉਹਨਾਂ ਦੇ ਵਾਰਸ ਤੇ ਇਹਨਾਂ ਨੂੰ ਆ ਛੋਟ-ਛੋਟੀਆਂ ਖਾਈਆਂ ਆ ਛੋਟੇ-ਛੋਟੇ ਬੈਰੀਕੇਟ ਦਿੱਲੀ ਦੀਆਂ ਕੰਧਾਂ ਕੀ ਰੋਕਣਗੀਆਂ ਉਹ ਕਿਸੇ ਨੇ ਵੀ ਕਿਹਾ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਜਿਹੜਾ ਆ ਉਹ ਵਾਰਤਾ ਫਿਰ ਚੜੇ اٹਕ ਦੇ ਵਿੱਚ ਤੇ ਉਹ ਕੋਈ ਤਸ਼ਬੀਹ ਕਰਦੇ ਆ ਜਾਂ ਵਿਟਿਆਈ ਕਰਦੇ ਆ ਵੀ اٹਕ ਫਿਰ اٹਕ ਗਿਆ ਸੀ اٹਕ ਗਿਆ ਤੇ ਬੜਾ ਮੂੰਹ ਜੋਰ ਪਾਣੀ ਹੁੰਦਾ ਔਰ ਆਟਿਕ ਬਿਲਕੁਲ ਜਿੱਥੋਂ ਇਹ ਲੰਘ ਰਹੇ ਸੀਗੇ ਉਹ ਬਿਲਕੁਲ ਪਹਾੜੀ ਜੋ ਹੱਲੇ ਉੱਤਰਦਾ ਹੀ ਹੈ ਉੱਥੇ ਪਾਣੀ ਹੈ ਨਾ ਅ ਅਫਗਾਨਿਸਤਾਨ ਦੇ ਸਰਹੱਦ ਵੱਲ ਨੂੰ ਪੈਂਦਾ ਹੈਗਾ ਉਹ ਇਲਾਕਾ ਕਹਿ ਆਪਾਂ ਮੁੜ ਕੇ ਉਸ ਗੱਲ ਤੇ ਆਉਂਦੇ ਆ ਕਿ ਤੁਸੀਂ ਦੇਖੋ ਕਿਸਾਨ ਜਿਹੜੇ ਆ ਅ ਦਰਿਆ ਕਗਰ ਦੇ ਪੁਲ ਦੇ ਵਿਚਾਲੇ ਰੋਕਾਂ ਲਾਈਆਂ ਆ ਉਹ ਰੋਕਾਂ ਚੁੱਕ ਕੇ ਲੋਕਾਂ ਨੇ ਬ੍ਰਿਆਤ ਮਾਰੀਆਂ ਠੀਕ ਆ ਕਗਰ ਚ ਮਾਰੀਆਂ ਚੁੱਕ ਕੇ ਜੀ 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 ਵੱਡੀਆਂ ਸਿਲਾਂ ਪੱਥਰ ਦੀਆਂ ਜਿਹੜੀਆਂ ਟੰਨਾ ਦੇ ਟੰਨ ਭਾਰੀਆਂ ਉਹਨਾਂ ਨੂੰ ਟੋਚਨ ਪਾ ਕੇ ਆਮ ਹੀ ਵੀਡੀਓ ਜਿਹੜੀਆਂ ਆ ਦੇਖਣ ਚ ਆਉਂਦੀਆਂ ਨੇ ਵੀ ਲੋਕਾਂ ਨੇ ਟੋਚਨ ਪਾ ਕੇ ਟਰੈਕਟਰਾਂ ਨਾਲ ਧੂਕੇ ਪਾਸੀ ਕਰ। ਉਹੜੀਆਂ ਵੱਡੀਆਂ ਕਰੇਨਾਂ ਨਾਲ ਲੈ ਕੇ ਆਏ ਸੀ ਤੇ ਲੋਕਾਂ ਨੇ ਧੱਕੇ ਮਾਰ ਮਾਰ ਕੇ ਹੀ ਪਰੇ ਕਰਤੇ। ਹਾਂਜੀ ਬਿਲਕੁਲ ਬਿਲਕੁਲ। ਜੀ। ਔਰ ਫੇਰ ਕੱਲੇ ਕੌਮੀ ਮਾਰਗ ਹੀ ਨਹੀਂ ਬੰਦ ਕੀਤੇ। ਜੀ। ਕੱਲੀ ਜਿਹੜੀ ਸ਼ਾਰਾ ਜਰਨੈਲੀ ਸੜਕ ਜਿਹੜੀ ਆ ਉਹ ਹੀ ਨਹੀਂ ਬੰਦ ਕੀਤੀ। ਸੰਪਰਕ ਸੜਕਾਂ ਵੀ ਰੁਕੀਆਂ ਹੋਈਆਂ। ਹਰਿਆਣਾ ਪੁਲਿਸ ਨੇ ਆਪਣੇ ਨਫਰੀ ਲਾ ਕੇ। ਪਰ ਇਹਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ। ਹੁਣ ਨਰਿੰਦਰ ਤੋਮਰ ਕਹਿ ਰਿਹਾ ਹੈ ਪਈ ਬਾਈ ਜਿਹੜੇ ਕਿਸਾਨ ਆ ਉਹ ਖੇਤੀ ਅੰਦੋਲਨ ਨਾ ਕਰਨ ਪਈ ਇਹ ਨਾ ਨਵੇਂ ਕਾਨੂੰਨ ਸਮੇਂ ਦੀ ਲੋੜ ਸੀਗੀ ਤੇ ਅਜਿਹਾ ਕਰਕੇ ਸਰਕਾਰ ਨੇ ਮਤਲਬ ਕ੍ਰਾਂਤੀਕਾਰੀ ਬਦਲਾ ਲਿਆਂਦੇ ਉਹ ਹਾਲੇ ਵੀ ਇਹ ਪਾਠ ਪੜਾਉਣ ਦਾ ਯਤਨ ਕਰ ਰਹੇ ਆ ਤੇ ਦੂਜੇ ਪਾਸੇ ਰਾਜਨਾਥ ਸਿੰਘ ਹੁਣੀ ਕਹਿ ਰਹੇ ਆ ਵੀ ਅੰਦੋਲਨ ਛੱਡ ਕੇ ਗੱਲਬਾਤ ਦੇ ਰਲਬਾਤ ਤੇ ਆਓ ਤੇ 3 ਦਸੰਬਰ ਨੂੰ ਪਈ ਜੀ ਗੱਲਬਾਤ ਲਈ ਆਓ ਤੁਸੀਂ ਤੇ ਅੰਦੋਲਨ ਪਰ ਬੰਦ ਕਰ ਦੋ ਕਹਿੰਦਾ ਇਹ ਤੋਮਰ ਹੁਣੀ ਬਿਆਨ ਦਿੱਤਾ ਤੇ ਇਹਦੇ ਸਾਰਥਕ ਸਿੱਟੇ ਨਿਕਲਨੇ ਆ ਹੁਣ ਸਾਰਥਕ ਸਿੱਟਿਆਂ ਦਾ ਚੇਤਾ ਆ ਗਿਆ ਕੇਂਦਰ ਸਰਕਾਰ ਨੂੰ 2 ਮਹੀਨਿਆਂ ਤੋਂ ਕੋਈ ਚੇਤੇ ਨਹੀਂ ਠੀਕ ਆ ਫਿਰ ਇਹਦੇ ਨਾਲ ਨਾਲ ਉਥੇ ਜਿੱਦਾਂ ਹਰਿਆਣਾ ਬੰਦ ਹੈ ਇਦਾਂ ਹੀ ਦਿੱਲੀ ਵੀ ਸੀਲ ਕੀਤੀ ਆ ਉਹਨਾਂ ਬਿਲਕੁਲ ਕੀਤੀ ਸੋ ਕਈ ਵਾਰੀ ਤਾਂ ਇਦਾਂ ਲੱਗਦਾ ਵੀ ਦਿੱਲੀ ਦੀ ਆਪ ਸਰਕਾਰ ਵੀ ਇਹ ਜਿਹੜੀ ਬੀ ਟੀਮ ਆ ਭਾਜਪਾ ਦੀ ਜੀ ਜੀ ਭਈ ਇਹੇ ਉੱਤੋਂ ਉੱਤੋਂ ਮਤਲਬ ਲੋਕਾਂ ਨੂੰ ਮੂੰਹ ਦਿਖਾ ਲਈਂ ਵਿਰੋਧ ਕਰਦੇ ਆ ਅੰਦਰੋਂ ਇਹ ਸਾਰੇ ਇੱਕ ਨੇ ਮੈਟਰੋ ਦੀਆਂ ਰੇਲ ਸੇਵਾਵਾਂਾਂ ਬੰਦ ਕਰ ਦਿੱਤੀਆਂ ਠੀਕ ਆ ਫੇਰ ਜਿਹੜੇ ਸਵਰਾਜ ਪਾਰਟੀ ਵਾਲੇ ਨੇ ਜੋਗਿੰਦਰ ਯਾਦਵ ਹੁਰੀ ਉਹਨਾਂ ਨੂੰ ਰਾਠੀ ਪਿੰਡ ਚੋਂ ਉਹ ਕਿਸਾਨਾਂ ਦੇ ਨਾਲ ਦਿੱਲੀ ਵੱਲ ਨੂੰ ਵੱਧ ਰਹੇ ਸੀ ਉਹ ਕਹਿੰਦੇ ਜੀ ਅਸੀਂ احتیاطਨ ਲਿਆ ਇਹਦਾ ਮਤਲਬ ਸਰਕਾਰ ਡਰੀ ਹੋਈ ਆ ਹਨਾ ਖੈਰਾ ਸਾਹਿਬ ਨੂੰ ਵੀ ਤੇ ਢੀਂਟਾ ਸਾਹਿਬ ਨੂੰ ਜੀ ਉੱਚ ਸੁਖਪਾਲ ਖੈਰਾ ਹੋਰੀ ਪਰਮਿੰਦਰ ਢੀਂਟਾ ਸਾਹਿਬ ਹੋਰੀ ਇਹ ਨਾ ਆਪਣੇ ਉਥੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਜੰਤਰ ਮੰਤਰ ਨੂੰ ਚੱਲੇ ਸੀਗੇ ਇਹਨਾਂ ਨੂੰ ਵੀ ਹਰਾਸ ਤੋਂ ਵਿਚ ਲੈ ਲਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੱਲ ਦੀਆਂ ਘਟਨਾਵਾਂ ਫੇਰ ਟਵੀਟ ਵਾਰ ਵੀ ਚੱਲ ਰਹੀ ਆ ਕੈਪਟਨ ਸਾਹਿਬ ਤੇ ਕੈਪਟਨ ਮਰਿੰਦਰ ਸਿੰਘ ਹੋਰਾਂ ਤੇ ਉਧਰ ਮਨੋਹਰ ਖੱਟਰ ਦੇ ਦਰਮਿਆਨ ਠੀਕ ਹੈ ਉਹ ਕਹਿੰਦੇ ਵੀ ਕਿਸਾਨਾਂ ਦਾ ਜੀ ਸੰਵਿਧਾਨਿਕ ਹੱਕ ਆ ਜਿਹੜਾ ਖੱਟਰ ਸਰਕਾਰ ਜਿਹੜੀ ਆ ਉਹ ਦੁਬਾਰਹੀ ਆ ਠੀਕ ਹੈ ਉਹ ਉਧਰੋਂ ਖੱਟਰ ਹੋਰੀ ਜਵਾਬ ਦਿੰਦੇ ਆ ਵੀ ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਵੀ ਇਹ ਗੱਲਬਾਤ ਤੋਂ ਭੱਜ ਰਹੇ ਆ ਕੈਪਟਨ ਹੋਰੀ ਕਿਸਾਨਾਂ ਦੇ ਨਾਲ ਸੋ ਕਿਤੇ ਕਿਤੇ ਇਦਾਂ ਵੀ ਲੋਕ ਕਹਿ ਰਹੇ ਆ ਵੀ ਕੈਪਟਨ ਹੋਰੀ ਜਿਹੜੀ ਆਪਣੀ ਬਲਾ ਆ ਉਹ ਲਾ ਕੇ ਕੇਂਦਰ ਦੇ ਗਲ ਪਾਤੀ ਹੈਗੀ ਆ ਏਦਾਂ ਵੀ ਸੁਣਣ ਵਿੱਚ ਆਉਂਦਾ ਸੋ ਇਸ ਤਰ੍ਹਾਂ ਦੇ ਰਲਮੇ ਮਿਲਮੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਜੀ ਸ਼੍ਰੀ ਕਾਲਤਾਖਸਾਹਬ ਦੇ ਜੀ ਉਹਨਾਂ ਨੇ ਵੀ ਕਿਹਾ ਹੈਗਾ ਕਿ ਕਿਸਾਨਾਂ ਤੇ ਜਿਹੜਾ ਤਸ਼ੱਦਦ ਆ ਉਹਦੀ ਮੈਂ ਨਿੰਦਾ ਕਰਦਾ ਹਾਂ ਔਰ ਕਿਸਾਨ ਸੰਘਰਸ਼ ਨੂੰ ਦਿੱਲੀ ਬਨਾਮ ਪੰਜਾਬ ਬਣਾਇਆ ਜਾ ਰਿਹਾ ਹੈਗਾ ਜੀ ਤੇ ਉਹਨਾਂ ਨੇ ਇਸ ਜ਼ੁਲਮ ਦੀ ਨਿੰਦਾ ਅੰਗਰੇਜ਼ਾਂ ਦੇ ਜ਼ੁਲਮ ਨਾਲ ਕੀਤੀ ਹੈਗੀ ਆ ਇਹ ਬਿਲਕੁਲ ਸੱਤੀ ਸਾਹਿਬ ਇਦਾਂ ਹੀ ਲੱਗਦਾ ਆ ਤੁਸੀਂ ਇੱਕ ਚੀਜ਼ ਦੇਖੋ ਜੀ ਮੇਧਾ ਪਾਟੇਕਰ ਜੀ ਮਹਾਰਾਸ਼ਟਰ ਤੋਂ ਚੱਲੇ ਹੋਏ ਸੀਗੇ ਬਿਲਕੁਲ ਉਹਨਾਂ ਨੂੰ ਯੂਪੀ ਦੇ ਬਾਰਡਰ ਤੇ ਰੋਕਤਾ ਜਿੱਦਾਂ ਹਰਿਆਣੇ ਨੂੰ ਕੋਈ ਹੱਕ ਨਹੀਂ ਇਦਾਂ ਯੂਪੀ ਨੂੰ ਵੀ ਕੋਈ ਹੱਕ ਨਹੀਂਗਾ ਰੋਕਣ ਦਾ ਆਪਣੀ ਰਾਜਧਾਨੀ ਚੱਲੇ ਆ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਫੇਰ ਇਹ ਸਾਰੀਆਂ ਨਿਊਜ਼ ਏਜੰਸੀ ਸਾਰੇ ਨਿਊਜ਼ ਚੈਨਲ ਇਹਨੂੰ ਇਹੀ ਦੱਸ ਰਹੇ ਜੀ ਪੰਜਾਬ ਦਿੱਲੀ ਆ ਰਿਹਾ ਪੰਜਾਬ ਦਿੱਲੀ ਆ ਰਿਹਾ ਤੇ ਬਾਕੀ ਜਿਹੜੇ ਆ ਜਿੱਦਾਂ ਹਰਿਆਣਾ ਤੋਂ ਵੀ ਗਏ ਆ ਰਾਜਸਥਾਨ ਦੇ ਕਿਸਾਨਾਂ ਨੇ ਸਿੱਧਾ ਸਿੱਧਾ ਕਹਿ ਦਿੱਤਾ ਵੀ ਪੰਜਾਬ ਦੇ ਇੱਕ ਦੇਖੋ ਇਹ ਰਿਸਪੈਕਟ ਆ ਕਹਿੰਦੇ ਪੰਜਾਬ ਦੇ ਕਿਸਾਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਸਾਨੂੰ ਬਾਅਦ ਵਿੱਚ ਸਮਝ ਆਈ ਆ ਵੀ ਇਸ ਅੰਦੋਲਨ ਦਾ ਮਤਲਬ ਕੀ ਆ ਤੇ ਜੋ ਪੰਜਾਬ ਦੇ ਕਿਸਾਨ ਕਹਿ ਦੇਣਗੇ ਅਸੀਂ ਉਦਾਂ ਕਰਾਂਗੇ ਤੇ ਉਹ ਰਾਜਸਥਾਨ ਦੇ ਕਿਸਾਨ ਆ ਉਹ ਪੰਜਾਬ ਦੇ ਨਹੀਂ ਉਹ ਵੀ ਤੁਰੇ ਹੋਏ ਆ ਯੂਪੀ ਦੇ ਵੀ ਤੁਰੇ ਹੋਏ ਆ ਹਰਿਆਣੇ ਦੇ ਤੁਰੇ ਹੋਇਆ ਮੱਧ ਪ੍ਰਦੇਸ਼ ਤੋਂ ਆ ਰਹੇ ਆ ਸੋ ਇਸ ਕਰਕੇ ਇਹ ਜਿਹੜੀ ਬੜੀ ਚਾਲ ਆ ਇਹਨਾਂ ਦੀ ਇਹ ਬੇਸਿਕਲੀ ਸਰਕਾਰਾਂ ਦੀ ਚਾਲ ਆ ਵੀ ਹਿੰਦੂ ਸਿੱਖ ਬਨਾਮ ਕੁਝ ਇਹੋ ਜਿਹਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਯਾਨੀ ਕਿ ਤ੍ਰੂਭੀਕਰਨ ਕੀਤਾ ਜਾਵੇ ਧਰਮ ਦੇ ਆਧਾਰ ਦੇ ਉੱਤੇ ਜੀ 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 ਪਰ ਤੇਜਪਾਲ ਜੀ ਲੋਕ ਅੱਜ ਜੇ ਰੋਸ਼ਨ ਦਿਮਾਗ ਨੇ ਇਹਨੇ ਅਨਪੜ੍ਹਣਗੇ ਲੋਕ ਤੇ ਉਹ ਸਰਕਾਰਾਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਨਾ ਜੀ ਫੇਰ ਜਿਹੜੇ ਕਾਲ ਤੱਕ ਤੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਹ ਵੀ ਕਿਹਾ ਪੇ ਜੇ ਲੋਕਪਾਲ ਬਿੱਲ ਲਈ ਸਾਰਾ ਮੁਲਕ ਜਾਂ ਇਹ ਲੋਕ ਇਕੱਠੇ ਹੋ ਸਕਦੇ ਆ ਦਿੱਲੀ ਤਾ ਕਿਸਾਨ ਜਿਹੜੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨੂੰ ਕਿਉਂ ਨਹੀਂ ਜਾ ਸਕਦੇ ਬਿਲਕੁਲ ਜਾ ਸਕਦੇ ਜਥੇਦਾਰ ਸਾਹਿਬ ਦਾ ਇਹ ਬਿਆਨ ਜੀ 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 ਮਤਲਬ ਆਉਣਾ ਇਸ ਮੌਕੇ ਤੇ ਇਹ ਇਹਨੂੰ ਵੀ ਲੋਕ ਦੇਖ ਰਹੇ ਨੇ ਬਕਰੇ ਸੰਦਰਭ ਦੇ ਵਿੱਚ ਜੀ ਜੀ ਤੇ ਸੋ ਗੱਲ ਇਹ ਆ ਕਿ ਇਸ ਤਰ੍ਹਾਂ ਕਰਕੇ ਕਿੰਨਾ ਕਚਰ ਜਿਹੜੀ ਕੇਂਦਰ ਦੀ ਹਕੂਮਤ ਆ ਕੇਂਦਰ ਸਰਕਾਰ ਕਿੰਨਾ ਅਖੇਰ ਲੋਕ ਰੋ ਨੂੰ ਠਲ ਸਕਦੀ ਆ ਹੁਣ ਮੈਂ ਤੁਹਾਨੂੰ ਇੱਥੇ ਇੱਥੇ ਪਾਈਵਾਲੀ ਦੀ ਇੱਕ ਹੋਰ ਗੱਲ ਦੱਸ ਦਿੰਨਾ ਜੀ ਕੱਲ ਇੱਕ ਖਬਰ ਆਈ ਪਈ ਕਿਸੇ ਜਗ੍ਹਾ ਤੇ ਨਾ ਇਹਨਾਂ ਨੇ ਬੈਰੀਕੇਡ ਲਾਏ ਹੋਏ ਸੀਗੇ ਜੀ ਲੰਗੜ ਨੂੰ ਕੋਈ ਥਾਂ ਨਹੀਂ ਸੀ ਤੇ ਨਾਲ ਜਿਹੜੇ ਹਰਿਆਣਾ ਦਾ ਕਿਸਾਨ ਸੀ ਨਾ ਉਨੇ ਸਾਰੀਆਂ ਟਰਾਲੀਆਂ ਆਪਣੀ ਕਣਕ ਚੋਂ ਲੰਘਾ ਦਿਆਂ ਕਹਿੰਦਾ ਤੁਸੀਂ ਲੰਘੋ ਕਣਕ ਮੈਂ ਫੇਰ ਬੀਜ ਨੂੰ ਐ ਬਿਲਕੁਲ ਸੋਸ਼ਲ ਮੀਡੀਆ ਤੇ ਇੱਕ ਫੋਟੋਆਂ ਆ ਰਹੀਆਂ ਤੇ ਵੀਡੀਓਜ਼ ਆ ਰਹੀਆਂ ਇੱਕ ਥਾਂ ਜਨਨ ਕਿ ਡੱਬ ਵਾਲੀ ਪਾਲੇ ਪਾਸੇ ਤਾਂ ਅੰਮੂ ਸਾਹਮਣੇ ਬੈਠਿਆ ਨਾ ਇੱਕ ਹੋਰ ਰਾਤੋਂ ਲੰਘ ਰਹੇ ਸੀਗੇ ਸੰਪਰਕ ਸੜਕ ਤੋਂ ਤਾਂ ਉੱਥੇ ਕੋਈ ਰਾਹ ਨਹੀਂ ਸੀਗਾ ਪਰ ਹਰਿਆਣਾ ਦੇ ਕਿਸਾਨਾਂ ਨੇ ਉੱਚ ਨੌਜਵਾਨ ਵੀ ਆ ਬਡੇਰ ਕਿਉਂਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤਾਂ ਸ਼ਾਮਲ ਆ ਇਸ ਲਹਿਰ ਦੇ ਵਿੱਚ ਉਹਨਾਂ ਨੇ ਟਰੈਕਟਰਾਂ ਦੇ ਨਾਲ ਵਾਹ ਕੇ ਥਾਂ ਪੱਧਰ ਕਰਕੇ ਰਾਹ ਬਣਾਇਆ ਔਰ ਸਵਾਗਤ ਲਈ ਖੜੇ ਆ ਜੀ ਆਓ ਤੇ ਅਸੀਂ ਵੀ ਤੁਹਾਡੇ ਨਾਲ ਜਾ ਰਹੇ ਹਾਂ ਦਿੱਲੀ ਹੁਣ ਸੋ ਜਦੋਂ ਲੋਕ ਇਸ ਪੱਧਰ ਤੇ ਆਜਣ ਨਾ ਤਾਂ ਫਿਰ ਹਕੂਮਤਾਂ ਜਿਹੜੀਆਂ ਨਾ ਉਹਨਾਂ ਨੂੰ ਕੁਛ ਨਾ ਕੁਛ ਤਾਂ ਸੋਚਣਾ ਬਣਦਾ ਜੀ ਵੈਸੇ ਸਰਕਾਰਾਂ ਨੂੰ ਇੱਕ ਨਿਮੋਸ਼ੀ ਤਾਂ ਹੋਈ ਹੋਣੀ ਆ ਇਹ ਜਿਹੜੇ ਇਹ ਜਿਹੜੇ ਵੰਡ ਪਾਉ ਲੋਕ ਨੇ ਇਹਨਾਂ ਨੂੰ ਇਹ ਨਮੋਸ਼ੀ ਹੋਈ ਹੋਣੀ ਆ ਵੀ ਸਾਨੂੰ ਕਿੰਨੇ ਸਾਲ ਲੱਗੇ ਇਹਨਾਂ ਨੂੰ ਵੰਡਣ ਦੇ ਵਿੱਚ ਅਲੱਗ-ਅਲੱਗ ਜਾਤਾਂ 'ਚ ਅਲੱਗ-ਅਲੱਗ ਧਰਮਾਂ 'ਚ ਇਹ ਇੱਕ ਗੱਲ ਨਹੀਂ ਇਹਨਾਂ ਦੀ ਨੇ ਸਾਰੇ ਇਕੱਠੇ ਕਰਤੇ ਬਿਨਾਂ ਸ਼ੱਕ ਇਹ ਜਿਹੜੀਆਂ ਸਰਕਾਰਾਂ ਨੇ ਨਾ ਆਮ ਹਾਕਮ ਜਿਹੜੇ ਆ ਜੀ ਉਹ ਕਿਦਾਂ ਰਾਜ ਕਰਦੇ ਆ ਰਾਜ ਕਰਨ ਦਾ ਇੱਕ ਮੋਟਾ ਜਿਹਾ ਫੰਡਾ ਆ ਵੀ ਲੋਕਾਂ 'ਚ ਫੁੱਟ ਪਾ ਕੇ ਰੱਖੋ ਪਾੜੋ ਤੇ ਰਾਜ ਕਰੋ ਪਾੜੋ ਤੇ ਰਾਜ ਕਰੋ ਉਹਨਾਂ ਨੂੰ ਵੰਡ ਕੇ ਰੱਖੋ ਡਿਵਾਈਡ ਐਂਡ ਰੂਲ ਇਹਨਾਂ ਨੂੰ ਅੰਗਰੇਜ਼ ਇੱਕ ਬੜਾ ਵਧੀਆ ਫਾਰਮੂਲਾ ਦੇਗਾ ਸੋ ਉਹਦੇ ਤੇ ਇਹ ਇਨ ਬਿਨ ਉਹਦੇ ਤੇ ਪੂਰਾ ਪੈਰਾ ਦੇ ਰਹੇ ਆ ਉਸ ਫਾਰਮੂਲੇ ਤੇ ਤੇ ਹੁਣ ਕੀ ਆ ਭਈ ਲੋਕ ਧਰਮ ਦੇ ਨਾਂ ਤੇ ਅ ਜਿਹੜਾ ਜਾਤੀ ਦੇ ਨਾਂ ਤੇ ਉੱਤੇ ਬੰਡੋ ਉਹਨਾਂ ਦਾ ਧ्रुਵੀਕਰਨ ਕਰੋ ਤੇ ਇੱਕ ਧਿਰ ਦੀਆਂ ਹੁੰਝਾ ਫੇਰ ਜਣੀਆਂ ਵੋਟਾਂ ਉਹ ਪ੍ਰਾਪਤ ਕਰੋ ਤੇ ਹਕੂਮਤ ਹਕੂਮਤ ਕਰੋ ਜੀ ਸਮਾ ਹੋ ਰਿਹਾ ਇੱਕ ਬ੍ਰੇਕ ਤਾਂ ਗੱਲਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਮਿਲਦਿਆਂ ਬ੍ਰੇਕ ਤੇ ਉਸ ਪਾਰ ਦੁਨੀਆ ਨੂੰ ਜਾਣੋ संसार भर दबर खबर तक पहुंचने रोज वेखो पंजाब मेल, मेल अखबारनामा सिर्फ पंजाब मेल यूएसए चैनल ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਤੀ ਸਾਹਿਬ ਹੁਣੀ ਸਾਡੇ ਨਾਲ ਬਣੇ ਹੋਏ ਆ ਤੇ ਗੱਲਾਂ ਜਿਵੇਂ ਪਹਿਲਾਂ ਸੀ ਉਵੇਂ ਹੀ ਐ ਅੱਜ ਉਹੀ ਖਬਰ ਜਿਹੜੀ ਅਸੀਂ ਬਾਰ ਬਾਰ ਉਹਦੇ ਤੇ ਹੀ ਆ ਰਹੇ ਆ ਸਤੀ ਸਾਹਿਬ ਹਬੀਬ ਜਲੀਬ ਦਾ ਇੱਕ ਸ਼ੇਰ ਹੈ ਕਹਿੰਦਾ ਵੋ ਜੋ ਇੱਕ ਸ਼ਖਸ ਤੁਮਸੇ ਪਹਿਲੇ ਗੱਦੀ ਨਸ਼ੀਂ ਥਾ ਤਖਤ ਨਸ਼ੀ tha ਜੀ ਜੀ ਉਸ ਕੋ ਵੀ ਆਪਣੇ ਖੁਦਾ ਹੋਣੇ ਤੇ ਇਤਨਾ ਹੀ ਯਕੀਨ tha ਹਾਂ ਹਬੀਬ ਜਾਲਬ ਹੋਰੀ ਬਹੁਤ ਸਿਰ ਪਹਿਲਾ ਇਹ ਲਿਖਿਆ ਸੀ ਜੀ ਹਾਕਮਾਂ ਨੂੰ ਇਦਾਂ ਲੱਗਦਾ ਹੁੰਦਾ ਭਈ ਇਹ ਜਿਹੜੀ ਗੱਦੀ ਆ ਇਹ ਰਹਿੰਦੀ ਦੁਨੀਆ ਤੱਕ ਮੇਰੇ ਕੋਲ ਹੀ ਰਹਿਣੀ ਆ ਜੀ ਪਰ ਇਦਾਂ ਹੁੰਦਾ ਨਹੀਂ ਜ਼ਾਰ ਬਹੁਤ ਵੱਡਾ ਹਾਕਮ ਸੀਗਾ ਰੂਸ ਦਾ ਰੂਸ ਦਾ ਬਿਲਕੁਲ ਤੇ 1917 ਦੇ ਇਨਕਲਾਬ ਨੇ ਉਹਨਾਂ ਦਾ ਤਖਤਾ ਜਿਹੜਾ ਪਲਟ ਦਿੱਤਾ ਜੀ ਠੀਕ ਆ ਇਸੇ ਤਰ੍ਹਾਂ ਜਿਹੜੇ ਰਾਜ ਘਰਾਣੇ ਆ ਫਰਾਂਸ ਨਾ ਉਹਦੇ ਤੋਂ ਵੀ ਪਹਿਲਾਂ ਜਿਹੜਾ ਇਹ ਕਾਰਜ ਹੋ ਚੁੱਕਾ ਸੀ ਜੀ ਸੋ ਚੀਨ ਦੇ ਰਾਜੇ ਕਹਿੰਦੇ ਹੁੰਦੇ ਸੀਗੇ ਭਈ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ ਹਾਂ ਤੇ ਜਿੱਦਾਂ ਅੱਜ ਕਿਸਾਨ ਦਿੱਲੀ ਤੁਰਿਆ ਨਾ ਇਦਾਂ ਮਾਓ ਜੇਤੁੰਗ ਦੀ ਲਾਲ ਫੌਜ ਨੇ ਉਹ ਜਿਹੜੇ ਤਖਤ ਪਲਟ ਦਿੱਤੇ ਸੀਗੇ ਜੀ ਸੋ ਜਿਹੜੇ ਜਿਹੜੀ ਸ਼ਾਂਤਮਈ ਅੰਦੋਲਨ ਨੂੰ ਵੀ ਜੇ ਇਦਾਂ ਜ਼ਬਰ ਜ਼ੁਲਮ ਨਾਲ ਤਸ਼ੱਦਦ ਕਰਕੇ ਦਬਾਇਆ ਜਾਂਦਾ ਜੀ ਤੇ ਹਾਲਾਂਕਿ ਤੁਸੀਂ ਦੇਖੋ ਭਈ ਇਸ ਸਾਰਾ ਕੁਝ ਦੇ ਬਾਵਜੂਦ ਆ ਆਪਾਂ ਗੱਲ ਕਰ ਰਹੇ ਹਾਂ ਕਿਸਾਨ ਅੰਦੋਲਨ ਦੀ ਜੀ ਤੇ ਪੁਲਿਸ ਨੇ ਬੜਾ ਜਬਤ ਰੱਖਿਆ ਬਿਲਕੁਲ ਠੀਕ ਆ ਜਿਹੜਾ ਪੁਲਿਸ ਆ ਇਸ ਸਰਕਾਰ ਦਾ ਇੱਕ ਡੰਡਾ ਹੁੰਦਾ ਹੈਗਾ ਠੀਕ ਹੈ ਪਰ ਉਹਨਾਂ ਦਾ ਜਬਤ ਦੇਖਣਾ ਆ ਲਈ ਸਗਾ ਕੱਲ ਪਰਸੋਂ ਦੀਆਂ ਘਟਨਾਵਾਂ ਜੋ ਆਪਾਂ ਦੇਖਦੇ ਆ ਉਹ ਮਤਲਬ ਅੱਕ ਹਾਰ ਕੇ ਜਿੱਦਾਂ ਉਹਨਾਂ ਨੂੰ ਉਹਨਾਂ ਦੇ ਆਕਾ ਕਹਿੰਦੇ ਆ ਉਹ ਤਾਂ ਉਹਨਾਂ ਨੇ ਕਰਨਾ ਪਰ ਬਾਈ ਐਂਡ ਲਾਰਜ ਬਤਾ ਕਰਕੇ ਉਹਨਾਂ ਨੇ ਆਪਣਾ ਜਬਤ ਬਣਾਈ ਰੱਖਿਆ ਬਿਲਕੁਲ ਤੇ ਕਿਸਾਨਾਂ ਦੇ ਧਨ ਜਿਗਰੇ ਉਹਨਾਂ ਨੇ ਕਿੰਨਾ ਜਬਤ ਰੱਖਿਆ ਠੀਕ ਆ ਹਿੰਸਕ ਹੋ ਸਕਦੇ ਸੀ ਉਹਨਾਂ ਨੇ ਹਿੰਸਾ ਬਸ ਇੰਨੀ ਕੀ ਦਿਖਾ ਲਈ ਗੁੱਸਾ ਵੀ ਜਿਹੜੀਆਂ ਰੋਕਾਂ ਆ ਉਹ ਜਿਹੜੀਆਂ ਕਿਵੇਂ ਤੋੜਨੀਆਂ ਨੇ ਨਹੀਂ ਉਹ ਰੋਕਾਂ ਵੀ ਜਿਹੜੀਆਂ ਸੀਗੀਆਂ ਉਹ ਕਿਲਿਆਂ ਵਰਗੀਆਂ ਸੀਗੀਆਂ ਲੋਕਾਂ ਕੋਈ ਛੋਟੀਆਂ ਨਹੀਂ ਸੀ ਜੀ ਬਜਰੀਆਂ ਦੇ ਭਰੇ ਟਰੱਕ ਕੈਂਟਰ ਉਹ ਤੁਸੀਂ ਸੜਕਾਂ ਤੇ ਉਹਨਾਂ ਕੋਲੋਂ ਚਾਬੀਆਂ ਲੈ ਲਈਆਂ ਗਈਆਂ ਇਹ ਹਲਾ ਨਾ ਸਕਣ ਟਰੱਕ ਟੇਡੇ ਕਰਕੇ ਖੜੇ ਕਰ ਦਿੱਤੇ ਜਿਹੜੀਆਂ ਵਾਹਨ ਨੇ ਗੱਡੀਆਂ ਆ ਉਹ ਟੇਡੀਆਂ ਕਰਕੇ ਖੜੀਆਂ ਵੱਡੀਆਂ ਸਲੇਬਸ ਜਿਹੜੀਆਂ ਕਈ ਕਈ ਟੰਨਾ ਦੀਆਂ ਠੀਕ ਹੈ ਸੋ ਉਹਨਾਂ ਨੇ ਹਰ ਹਰ ਬਾ ਵਰਤਿਆ ਪਰ ਜਿਹੜਾ ਲੋਕ ਰੋ ਅੱਗੇ ਜਿਹੜਾ ਆ ਕਹਿੰਦੇ ਹੁੰਦੇ ਆ ਭਈ ਕਿਸੇ ਸ਼ਾਇਰ ਨੇ ਕਿਹਾ ਭਈ ਦਰਿਆਵਾਂ ਨੂੰ ਬੰਨਤਾ ਬੇਸ਼ੱਕ ਮਾਰ ਲਵੋ ਜੀ ਹਣ ਆਇਆ ਪਰ ਆਪਣੇ ਢੰਗ ਨਾਲ ਵਗਦਾ ਹੈ ਹਾਂ ਸੋ ਹੁਣ ਇਹ ਨਾ ਹੜਦਾ ਗਿੱਲੀ ਨੂੰ ਜਾ ਰਿਹਾ ਜੀ ਤੇ ਇਹਨੇ ਹੁਣ ਆਪਣੇ ਢੰਗ ਨਾਲ ਵਗਣਾ ਹੈਗਾ ਜੀ ਪਰ ਅਸ਼ਕੇ ਜਾਈਏ ਕਿਰਤੀਆਂ ਦੇ ਤੇ ਉਹਨਾਂ ਨੇ ਆਪਣਾ ਜਬਤ ਜਿਹੜਾ ਅੱਜ ਤੱਕ ਬਰਕਰਾਰ ਰੱਖਿਆ ਹੋਇਆ ਜੀ ਅੱਛਾ ਹੁਣ ਇੱਕ ਹੋਰ ਜਿਹੜੀ ਗੱਲ ਆ ਬਈ ਕਹਿੰਦੇ ਹੁੰਦੇ ਆ ਨਾ ਬਈ ਜਦੋਂ ਫੀਤੇ ਨੂੰ ਮੱਗ ਲਾਦੇ ਹੋ ਤਾਂ ਕਈ ਵਾਰੀ ਅੱਗ ਇਧਰ ਉਧਰ ਹੋਰ ਵੀ ਪਾਸੇ ਚਲੇ ਜਾਂਦੀ ਹੈ ਜੀ ਤੇ ਹੁਣ ਟ੍ਰੇਡ ਯੂਨੀਅਨਾਂ ਜਿਹੜੀਆਂ ਆ ਉਹ ਵੀ ਉੱਠ ਕੇ ਇਹਨਾਂ ਦੇ ਨਾਲ ਖੜਨ ਨੂੰ ਤਿਆਰ ਨੇ ਤੇ ਉਹ ਕਹਿੰਦੀਆਂ ਵੀ ਅਸੀਂ ਵੀ ਪਹਿਲਾਂ ਤੇ ਉਹਨੇ ਕੱਲ ਕੀਤਾ ਕੁਛ ਮਤਲਬ ਇੱਕ ਦਿਨ ਦਾ ਸ਼ਾਇਦ ਕੀਤਾ ਪਰ ਮੈਨੂੰ ਲੱਗਦਾ ਵੀ ਜੇ ਕਿਸਾਨਾਂ ਦਾ ਅੰਦੋਲਨ ਲੰਬਾ ਚੱਲਿਆ ਤੇ ਇਹ ਉਹਨਾਂ ਨੇ ਸ਼ਾਇਦ ਕਿਹਾ ਹੋਵੇਗਾ ਵੀ ਨਾਲ ਅਸੀਂ ਰਲਾਂਗੇ ਹਾਂਜੀ ਬਿਲਕੁਲ ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਆ ਜੀ ਕੱਲ ਸੀਟੂ ਟ੍ਰੇਡ ਯੂਨੀਅਨਾਂ ਸਾਰੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਸੀਗਾ ਜੀ ਔਰ ਦੇਸ਼ ਦੇ 25 ਕਰੋੜ ਕਰਮਚਾਰੀ ਜਿਹੜੇ ਆ ਕੱਲ ਦੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ ਉਹਦੇ ਵਿੱਚ ਬੈਂਕਿੰਗ ਸੈਕਟਰ ਉਹਦੇ ਵਿੱਚ ਬਿਜਲੀ ਖੇਤਰ ਦੇ ਲੋਕ ਉਦੇ ਵਿੱਚ ਰੋਡ ਵੇਜ ਉਦੇ ਵਿੱਚ ਸਟੇਟ ਟਰਾਂਸਪੋਰਟ ਹਰ ਕਿਸਮ ਦੇ ਚਾਹੇ ਉਹ ਰੇਲਵੇ ਸੀ ਸਮੁੱਚਾ ਦੇਸ਼ ਜਿਹੜਾ ਕੱਲ ਖੜਾ ਸੀਗਾ ਇੱਕ ਤਰ੍ਹਾਂ ਨਾਲ ਹਾਲਟ ਹੋਣਾ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਤੇ ਨਾਲ-ਨਾਲ ਜਿਹੜਾ ਇਹ ਆ ਭਈ ਜਿਹੜੇ ਕਿਰਤੀ ਤਾਂ ਸ਼ਾਮਲ ਹੁੰਦੇ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜਿਹੜਾ ਅਦਾਰਿਆਂ ਦਾ ਨਿੱਜੀਕਰਨ ਹੈਗਾ ਤਨਖਾਹਾਂ ਪੇ ਸਕੇਲ ਵੱਖ-ਵੱਖ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੇ ਕਿਸਾਨ ਅੰਦੋਲਨ ਦੀ ਵੀ ਹਮਾਇਤ ਕਰ ਦਿੱਤੀ ਆ ਜੇ 25 ਕਰੋੜ ਕਿਰਤੀ ਜਿਹੜਾ ਦੇਸ਼ ਨੂੰ ਇੱਕ ਦਿਨ ਲਈ ਖੜਾ ਕਰ ਸਕਤੇ ਆ ਤੇ ਜੋ ਦੇਸ਼ ਦੇ ਕਿਸਾਨਾਂ ਦੀ ਹਮਾਇਤ ਵਿੱਚ ਆ ਜਾਣ ਤਾਂ ਫਿਰ ਦੇਸ਼ ਦੇ ਹਾਕਮ ਜਿਹੜੇ ਉਹ ਕਿੱਧਰ ਨੂੰ ਜਾਣਗੇ ਕਿੱਧਰ ਨੂੰ ਜਾਣਗੇ ਬਿਲਕੁਲ ਫਿਰ ਤੁਸੀਂ ਹੋਰ ਦੇਖੋ ਪੂਰਾ ਜਿਹੜਾ ਮੁਲਕ ਆ ਉਹ ਕੱਲ ਇਕੱਠਾ ਸੀਗਾ ਟ੍ਰੇਡ ਯੂਨੀਅਨਿਸ ਜਿਹੜੇ ਆ ਸੈਂਟਰਲ ਟ੍ਰੇਡ ਯੂਨੀਅਨ ਦੇ ਤਹਿਤ ਉਹ ਉਹਨਾਂ ਨੇ ਆਪਣਾ ਇੱਕ ਜੁਟਤਾ ਦਾ ਪ੍ਰਕਟਾਵਾ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਰੈਲੀਆਂ ਧਰਨੇ ਮਜਾਰੇ ਕੀਤੇ ਜੀ ਤਾਂ ਜਿਹੜਾ ਇਹਨਾਂ ਦਾ ਆਰਐਸਐਸ ਦਾ ਭਾਰਤੀ ਮਜ਼ਦੂਰ ਸੰਘ ਆ ਜੀ ਉਹ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹੁੰਦਾ ਹੂੰ ਸੋ ਉਹਦੇ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਆਰਐਸਐਸ ਜਿਹੜੀ ਆ ਉਹ ਕਿਵੇਂ ਕੰਮ ਕਰ ਰਹੀ ਆ ਬਿਲਕੁਲ ਤੇ ਕੀ ਉਹ ਜਿਹੜੇ ਭਾਰਤੀ ਮਜ਼ਦੂਰ ਸੰਘ ਆ ਉਹਨਾਂ ਦਾ ਉਹ ਮਜ਼ਦੂਰ ਨਹੀਂ ਲੋਕ ਜੀ ਉਹਨਾਂ ਨੂੰ ਇਹ ਆਪਣੇ ਢੰਗ ਨਾਲ ਵਰਤਦੇ ਨੇ ਇਹਦਾ ਮਤਲਬ ਇਹ ਹੋ ਗਿਆ ਪਈ 99% ਜਿਹੜੇ ਕਿਰਤੀਆ ਦੇਸ਼ ਦੇ ਹੋ ਇੱਕ ਕਿਸਮ ਦੇ ਕਿਰਤੀਆ ਅੱਧਾ ਇੱਕ ਪਰਸੈਂਟ ਜਿਹੜੇ ਕਿਰਤੀਆ ਉਹ ਅਲੱਗ ਕਿਸਮ ਦੇ ਜੀ ਤੇ ਇਦਾਂ ਜਿਹੜੇ ਜੀਐਨਯੂ ਆ ਅਕਸਰ ਵਿਵਾਦਾਂ ਚ ਰਹਿੰਦੇ ਆ ਉਹ ਕਿਉਂਕਿ ਕਿਸੇ ਵੀ ਗੱਲ ਜਿਹੜੀ ਦੇਸ਼ ਦੀ ਪੋਲੀਟੀਕਲ ਗੱਲ ਹੋਵੇ ਜਿਹਦੇ ਨਾਲ ਲੋਕਾਂ ਤੇ ਅਸਰ ਹੁੰਦਾ ਹੋਵੇ ਜੇ ਐਨਜੀ ਨੂੰ ਇਹਦਾ ਸਿਹਰਾ ਜਾਂਦਾ ਉਹਦੇ ਵਿਦਿਆਰਥੀਆਂ ਨੂੰ ਖਾਸ ਕਰਕੇ ਐਸਐਫਆਈ ਜਿਹੜੇ ਉਹਨਾਂ ਦਾ ਯੂਨਿਟ ਆ ਪਈ ਉਹ ਹਮੇਸ਼ਾ ਉੱਠ ਕੇ ਖੜੇ ਹੁੰਦੇ ਆ ਚਾਹੇ ਉਹ ਸੀਏਐਨਆਰਸੀ ਵਜੋਂ ਗੱਲ ਹੋਵੇ ਜਾਂ ਕਿਸੇ ਕਿਸੇ ਵੀ ਹੋਰ ਗੱਲ ਬਤਲੇ ਤੇ ਉਹਨਾਂ ਨੇ ਵੀ ਕਿਸਾਨਾਂ ਨੂੰ ਸਪੋਰਟ ਕੀਤੀ ਹੈ ਬਿਲਕੁਲ ਉੱਥੇ ਇਹ ਆ ਕਿ ਤਜਪਾਲ ਜਿਹੜੇ ਜੀਐਨਯੂ ਉਹਨੂੰ ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਜਵਾਲਨਾ ਨਹਿਰ ਯੂਨੀਵਰਸਿਟੀ ਜੀ ਉਹਥੋਂ ਬਹੁਤ ਸਾਰੇ ਥਿੰਕ ਟੈਂਕ ਪੈਦਾ ਹੋਏ ਨੇ ਬਿਲਕੁਲ ਔਰ ਆਮ ਤੌਰ ਤੇ ਖੱਬੀ ਖੱਬੇ ਪੱਖੀ ਧਿਰਾਂ ਜਿਹੜੀਆਂ ਉਹਦਾ ਉਹਨੂੰ ਗੜ ਸਮਝਿਆ ਜਾਂਦਾ ਜੀ ਹੁਣ ਤਾਜ਼ਾ ਜਿਹੜੀ ਹੈਗੀ ਆ ਹਮਾਇਤ ਉਹ ਐਸਐਫਆਈ ਨੇ ਕੀਤੀ ਆ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਸੀਪੀਆਈਐਮ ਦਾ ਜਿਹੜਾ ਵਿਦਿਆਰਥੀ ਵੰਗਿਆ ਸੋ ਜੇ ਇਹ ਸਾਰੀਆਂ ਧਿਰਾਂ ਕਿਸਾਨਾਂ ਦੇ ਨਾਲ ਰਲਦੀਆਂ ਹੈਗੀਆਂ ਟ੍ਰੇਡ ਯੂਨੀਅਨਾਂ ਜਿਹੜੀਆਂ ਵਿਦਿਆਰਥੀ ਯੂਨੀਅਨਾਂ ਤਾਂ ਫੇਰ ਤਾਂ ਸਮਝ ਲਓ ਵੀ ਪੂਰੇ ਦੇਸ਼ ਦੇ ਵਿੱਚ ਇਕਲੈਰ ਬਣ ਜਾਂਦੀ ਆ ਜੀ ਕਿਤੇ ਕਿਤੇ ਸਵਾਲ ਕਰਦੇ ਆ ਲੋਕ ਵੀ ਪਾਈ ਬਿਹਾਰ ਚ ਤਾਂ ਇਨੇ ਚਰ ਤੋਂ ਲਾਗੂ ਹੋਇਆ ਉਹ ਤਾਂ ਉੱਠੇ ਨਹੀਂ ਜੇ ਬਿਹਾਰ ਵਾਲਿਆਂ ਨੇ ਨਹੀਂ ਉਠਣਾ ਤੇ ਇਹ ਤਾਂ ਉਹਨਾਂ ਨੇ ਸੋਚਣਾ ਨਾ ਤੇ ਸਾਡਾ ਕੀ ਬਣਨਾ ਕੱਲ ਨੂੰ ਤਾਂ ਉੱਥੇ ਜਿਹੜੇ ਯਾਦਵ ਆ ਜਾਂ ਹੋਰ ਲੋਕ ਆ ਜਿਹੜੇ ਉੱਪਰਲੇ ਠਾਕਰ ਨੇ ਰਾਜਪੂਤ ਨੇ ਉਹ ਤਾਂ ਵੈਸੇ ਜਿਹੜਾ ਆਮ ਲੋਕਾਂ ਨੂੰ ਦਬਾ ਕੇ ਰੱਖਦੇ ਆ ਘੱਟੋ ਘੱਟ ਪੰਜਾਬ ਚ ਤੁਹਾਨੂੰ ਜਾਤ ਪਾਤ ਦੇ ਆਧਾਰ ਤੇ ਤਾਂ ਵਿਤਕਰਾਨੀ ਨਾ ਕਿਤੇ ਦੇਖਣ ਨੂੰ ਮਿਲਦਾ ਹੋ ਸਕਦਾ ਕਿਤੇ ਪਿੰਡਾਂ ਚ 1 ਦਾ ਪਰਸੈਂਟ ਲੋਕ ਹੋਣ ਪਰ ਬਾਇੰਡ ਲਾਰਜ ਬਹੁਤਾ ਕਰਕੇ ਸ਼ਹਿਰਾਂ ਪਿੰਡਾਂ ਦੇ ਵਿੱਚ ਤੁਹਾਨੂੰ ਇਦਾਂ ਦਾ ਕੋਈ ਵਿਤਕਰਾ ਜਾਤੀ ਆਧਾਰ ਤੇ ਹਰਥਾਂ ਸਿਰ ਜੋੜ ਕੇ ਲੋਕ ਬੈਠੇ ਨੇ ਤਾਂ ਇਦਾਂ ਦਾ ਨਹੀਂ ਦੇਖਣ ਨੂੰ ਮਿਲਦਾ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਤਾਂ ਅੱਜ ਵੀ ਜਿਹੜੇ ਦਲਿਤ ਆ ਉਹਨਾਂ ਨੂੰ ਮੰਦਰ ਚ ਨਹੀਂ ਵੰਡਣ ਦਿੱਤਾ ਜਾਂਦਾ ਠੀਕ ਆ ਤੇ ਆਪਣੇ ਚੁੱਲ੍ਹੇ ਚੌਕੇ ਚ ਨਹੀਂ ਵੰਡ ਦਿੰਦੀਆਂ ਜਿਹੜੀਆਂ ਉੱਪਰ ਲੀਆਂ ਜਾਤੀਆਂ ਨੇ ਖੈਰ ਹੁਣ ਰਾਜਸਥਾਨ ਵਾਲਿਆ ਜਿੱਦਾਂ ਤੁਸੀਂ ਕਿਹਾ ਉਹ ਕਹਿੰਦੇ ਵੀ ਸਾਡਾ ਵੱਡਾ ਭਾਈਆ ਇਸ ਤਰ੍ਹਾਂ ਦਾ ਵੀ ਜੋ ਪੰਜਾਬ ਵੀ ਸਾਨੂੰ ਵੀ ਹੁਣ ਸੋਝੀ ਆਈ ਆ ਇਸੇ ਤਰ੍ਹਾਂ ਮੱਧ ਪ੍ਰਦੇਸ਼ ਤੁਸੀਂ ਕਹਿੰਦੇ ਹੋ ਹੋਰ ਬਾਕੀ ਸਾਰੇ ਦੇਸ਼ ਤੇ ਜਿਹੜੇ ਕਰਨਾਟਕ ਕੇਰਲਾ ਦੇ ਕਿਸਾਨ ਹੌਲੀ ਹੌਲੀ ਜਿਹੜੇ ਆ ਲਾਂਬੰਦ ਹੋ ਰਹੇ ਨੇ ਜੀ ਅੱਛਾ ਆਰਤੀਏ ਜੀ ਆਰਤੀਆਂ ਨੇ ਵੀ ਕਹਿਤਾ ਉਹ ਵੀ ਕਹਿੰਦੇ ਅਸੀਂ 50000 ਬੰਦਾ ਲੈ ਕੇ ਦਿੱਲੀ ਜਾ ਰਹੇ ਆ ਬਿਲਕੁਲ ਤੇ ਉਹਨਾਂ ਦੇ ਵੀ ਜਿਹੜੀ ਬੇਸਿਕਲੀ ਜਿਆਦਾ ਜਿਹੜਾ ਫਰਕ ਪੈਣਾ ਉਹ ਤਾਂ ਕਿਸਾਨ ਤੇ ਆਰਥੀਆ ਜਿਹੜਾ ਮੋٹے ਤੌਰ ਤੇ ਜਿਹੜੇ ਮਤਲਬ ਜਿਹੜੇ ਲੋਕ ਕਹਿੰਦੇ ਹੁੰਦੇ ਆ ਵੀ ਜਿਹੜੀ ਉੱਪਰਲੀ ਜਮਾਤ ਨੂੰ ਉਹਨੂੰ ਕੀ ਫਰਕ ਪੈਂਦਾ ਚੀਜ਼ ਜਿਹੜੀ ਆ ਉਹ ਚਾਹੇ 50 ਦੀ ਹੋਵੇ ਚਾਹੇ 1 ਰੁਪਏ ਦੀ ਤੇ ਚਾਹੇ 100 ਦੀ ਤਾਂ ਜਿਹੜੇ ਟਰੇਡਿੰਗ ਕਲਾਸ ਆ ਆਰਥੀਏ ਆਮ ਤੌਰ ਤੇ ਕਹਿੰਦੇ ਹੁੰਦੇ ਆ ਵੀ ਆਰਥੀਏ ਨਾ ਕਿਸਾਨਾਂ ਦੀ ਵੇਲੇ ਵੇਲੇ ਬਾਹ ਫੜਦੇ ਆ ਠੀਕ ਆ ਕਿਤੇ ਇਦਾਂ ਦੀ ਵੀ ਸੁਣ ਚਾਉਂਦਾ ਵੀ ਆਰਥੀਆਂ ਨੇ ਜ਼ਮੀਨ ਲਖਾ ਲਈ ਆ ਹੋ ਗਿਆ ਪਰ ਸਮੁੱਚੇ ਰੂਪ ਦੇ ਵਿੱਚ ਉਹ ਵੀ ਇੱਕ ਟਰੇਡਿੰਗ ਕਲਾਸ ਆ ਉਹ ਵੀ ਵਪਾਰੀ ਵਰਗ ਹੈਗਾ ਤੇ ਉਹ ਵੀ ਇਹ ਤੋਂ ਪ੍ਰਭਾਵਿਤ ਹੋਣਗੇ ਸਭ ਤੋਂ ਜ਼ਿਆਦਾ ਜਦੋਂ ਕਾਰਪੋਰੇਟ ਸੈਕਟਰ ਦੇ ਲੋਕ ਆ ਜਾਣਗੇ ਤਾਂ ਜਿਹੜਾ ਆਮ ਆਰਥੀ ਆ ਆਪਣੀ ਦੁਕਾਨਦਾਰੀ ਤੋਂ ਰੋਟੀ ਚਲਾ ਰਿਹਾ ਉਹਦੇ ਤੇ ਵੀ ਇਹ ਅਸਰ ਪੈਣਾ ਹੈਗਾ ਸੋ ਹੁਣ ਜੇ ਉਹ 50 ਹਜ਼ਾਰ ਬੰਦਾ ਲੈ ਕੇ ਉਹ ਦਿੱਲੀ ਜਾਂਦੇ ਆ ਤਾਂ ਉਹ ਵੀ ਫਿਰ ਸਭਾਲਣਾ ਮੁਸ਼ਕਲ ਹੋਊਗਾ ਹਾਂ ਵੈਸੇ ਜਿਹੜਾ ਨੌਜਵਾਨਾਂ ਦਾ ਜੋਸ਼ ਆ ਨਾ ਨੌਜਵਾਨ ਕੀ ਬਜ਼ੁਰਗ ਵੀ ਜਿਹੜਾ ਜੋਸ਼ ਦੇਖਦੇ ਆ ਅਸੀਂ ਉਹ ਉਹ ਸ਼ਰਿਆਮ ਗੈਰ ਹੈ ਕਹਿੰਦੇ ਦਿੱਲੀਏ ਤੈਨੂੰ 16 16 18 18 ਵਾਰ ਜਿੱਤ ਕੇ ਛੱਡਿਆ ਹੋਇਆ ਅੱਜ ਫੇਰ ਨਾ ਸਾਡੇ ਸਾਹਮਣੇ ਖੜ੍ਹ ਸੋ ਜੋਸ਼ ਨੂੰ ਤੇ ਸਲਾਮ ਕਰਨਾ ਬਣਦਾ ਉਹ ਲੋਕ ਬਘੇਲ ਸਿੰਘ ਨੂੰ ਯਾਦ ਕਰ ਰਹੇ ਆ ਠੀਕ ਆ ਜਿਨ੍ਹਾਂ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਚਲਾਇਆ ਸੀਗਾ ਰਾਮਗੜੀਆ ਬੁੰਗਾ ਚ ਦਿੱਲੀੋਂ ਤਖਤੇ ਹੀ ਪੁੱਟ ਕੇ ਲਿਆਇਆ ਦਰਬਾਰ ਸਾਹਿਬ ਅੱਜ ਵੀ ਹੈ ਦਰਬਾਰ ਸਾਹਿਬ ਅੱਜ ਵੀ ਪਿਆ ਦੁਖ ਪੰਜਨੀ 베ਰੀ ਦੇ ਕੋਲ ਲੋਕ ਦਰਸ਼ਨ ਕਰਦੇ ਆ ਉਹਦੇ ਤੇ ਉਹ ਸਿਲ ਜਿਹੜੀ ਆ ਜਿਹਦੇ ਤੇ ਬੈਠ ਕੇ ਤਾਜ ਪੋਸ਼ੀ ਹੁੰਦੀ ਹੁੰਦੀ ਸੀ ਸਿੰਘ ਤਾਂ ਉਹ ਪੱਟ ਲਿਆ ਸੀ ਦਿੱਲੀ ਤੋਂ ਸੋ ਆਪਾਂ ਉਹਨੂੰ ਇਤਿਹਾਸ ਨਾਲ ਜੇ ਜੋੜ ਕੇ ਦੇਖੀਏ ਬੀਬੀਆਂ 70 ਸਾਲ ਦੀ ਇੱਕ ਔਰਤ ਜਿਹੜੀ ਆ ਉਹ ਕੈਮਰੇ ਅੱਗੇ ਇੰਨਾ ਬੋਲ ਰਹੀ ਸੀ ਕੱਲ ਕਿਤੇ ਸੋਸ਼ਲ ਮੀਡੀਆ ਤੇ ਕਿ ਜਿਦਾ ਇੱਕ ਨੌਜਵਾਨ ਔਰਤ ਇੰਨੇ ਜੋਸ਼ ਦੇ ਨਾਲ ਉਹ ਗੱਲ ਕਰ ਰਹੀ ਸੀ ਸੋ ਲੋਕਾਂ ਦਾ ਜੋਸ਼ ਛੜਾ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਦੇਖਣ ਵਾਲਾ ਹੀ ਆ ਤੇ ਜੇ ਇਸ ਢੰਗ ਨਾਲ ਉਹ ਗਏ ਆ ਕਿ ਜਿੱਥੇ ਰੁਕਣਗੇ ਉੱਥੇ ਬਹਿ ਜਾਣਗੇ ਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਮੁੜਾਂਗੇ ਸੋ ਇਦਾਂ ਦੀ ਜਿਹੜੀ ਦ੍ਰਿੜਤਾ ਇਦਾਂ ਦੀ ਮਜ਼ਬੂਤ ਇੱਛਾ ਸ਼ਕਤੀ ਅੱਗੇ ਮੈਨੂੰ ਲੱਗਦਾ ਪਈ ਦੇਰ ਸਵੇਰ ਕੇਂਦਰ ਸਰਕਾਰ ਨੂੰ ਗੋਡੇ ਟੇਕਣੇ ਪੈਣੇ ਆ ਦੇਖੋ ਕੱਲ ਦੀ ਇੱਕ ਗੱਲ ਭਾਵੁਕ ਕਰਨ ਵਾਲੀ ਹੈ ਜੀ ਇੱਕ ਬਜ਼ੁਰਗ ਔਰਤ ਮੈਂ ਵੀ ਸੁਣੀ ਉਹ 70 ਸਾਲ ਦੀ ਉਮਰ ਸੀ ਉਹਨਾਂ ਦੀ ਵੀ ਹਾਂਜੀ ਉਹਨਾਂ ਦੇ ਕੋਈ ਬੱਚਾ ਨਹੀਂ ਜੀ ਇਹ ਉਹਨਾਂ ਦੇ ਹਸਬੰਡ ਹੈ ਤੇ ਉਹ ਆ ਤੇ ਉਹਨਾਂ ਨੂੰ ਪੁੱਛਿਆ ਬੇਬੇ ਤੂੰ ਕੀ ਕਰਨ ਚੱਲੀ ਆ ਤੇ ਅੱਗੋਂ ਬੇਬੇ ਕਹਿ ਰਹੀ ਆ ਮੈਂ ਆਪਣੇ ਸਹਬਜ਼ਾਦੇ ਆ ਜਿਹੜੇ ਬਾਕੀ ਦੇ ਇਹਨਾਂ ਨੂੰ ਬਚਾਉਣ ਚੱਲੀ ਆ ਜੀ ਸੋ ਇਹ ਚੀਜ਼ਾਂ ਜਿਹੜੀਆਂ ਭਾਵਨਾਏ ਜੱਜ਼ਬਾ ਜਿਹੜਾ ਆ ਜੀ ਜੀ ਇਹ ਜਜ਼ਬਾ ਜਦੋਂ ਲੋਕਾਂ 'ਚ ਹੋਏਗਾ ਤਾਂ ਤੇਜਪਾਲ ਜੀ ਫੇਰ ਉਹਨਾਂ ਨੂੰ ਉਹਨਾਂ ਦੀ ਜਿੱਤ ਜਿਹੜੀ ਆ ਨਾ ਉਹ ਯਕੀਨੀ ਹੋ ਜਾਂਦੀ ਆ ਜੀ ਅੱਛਾ ਹੁਣ ਆਪਾਂ ਗੱਲ ਕਰਦੇ ਆ ਉਹੀ ਜਿਹੜੀ ਇੱਕ ਪੰਜਾਬ ਦੀ ਬੜੀ ਕਹਿੰਦੇ ਮੰਨੀ ਪਰਮੰਨੀ ਪਾਰਟੀ ਅਕਾਲੀ ਦਲ ਜੀ ਤੇ ਸੁਖਵੀਰ ਬਾਦਲ ਉਹਨਾਂ ਨੂੰ ਅਚਾਨਕ ਹੁਣ ਉਸੇ ਮੋਦੀ ਨਾਲ ساری ਉਮਰ ਇਹਨਾਂ ਨੇ ਸਾਂਝਾਂ ਪਾਈ ਰੱਖੀਆਂ ਪੰਜਾਬ ਦਾ ਜਲੂਸ ਕੱਢਿਆ ਪੂਰਾ ਹਾਂ 22 ਸਾਲ 22 ਸਾਲ ਹਾਂਜੀ ਹੁਣ ਸੁਖਵੀਰ ਬਾਦਲ ਉਹਨਾਂ ਨੂੰ ਇਹ ਚ ਤਾਨਾਸ਼ਾਹ ਨਜ਼ਰ ਆਉਣ ਲੱਗਿਆ ਕੱਲ ਕਹਿੰਦੇ ਮੋਦੀ ਸਾਹਿਬ ਤਾਨਾਸ਼ਾਹ ਬਣ ਗਏ ਆ ਪਿਛਲੇ ਮਹੀਨੇ ਡੇਢ ਮਹੀਨੇ ਚ ਬਣ ਗਏ ਆ ਉਹ ਹੁਣ ਇਦਾਂ ਭੀ ਰਾਜ ਭਾਗ ਦੀ ਮਲਾਈ ਖਾ ਕੇ ਜੀ 10 ਸਾਲ 15 ਸਾਲ ਹਕੂਮਤ ਕਰਕੇ ਤਾਂ ਹੁਣ ਕਿਉਂਕਿ ਉਹ ਪਿਆਲੀ ਜਿਹੜੀ ਆ ਉਹ ਟੁੱਟ ਗਈ ਆ ਜੀ ਤੇ ਉਹਨਾਂ ਨੇ ਵੀ ਠੁੱਠ ਵਿਖਾਤਾ ਕਹਿ ਲਓ ਕੇਂਦਰ ਸਰਕਾਰ ਨੇ ਸ਼ਾਇਦ ਕੇਂਦਰ ਸਰਕਾਰ ਇਦਾਂ ਵੀ ਸੋਚਦੀ ਹੋਣੀ ਆ ਭਾਜਪਾ ਦੀ ਹਕੂਮਤ ਜਿਹੜੀ ਆ ਪਈਨਾਂ ਦਾ ਢਾਈ ਟੋ ਟਰੂ ਤਾਂ ਹੈਗੇ ਨੇ ਤੇ ਜੇ ਇਹਨਾਂ ਦੇ 2-4 ਐਮਪੀ ਹੈਗੇ ਵੀ ਆ ਤਾਂ ਉਹ ਕੋਈ ਖਾਸ ਅਰਥ ਨਹੀਂ ਲੱਗ ਰਖਦੇ ਠੀਕ ਹੈ ਸੋ ਇਸ ਕਰਕੇ ਉਹਨਾਂ ਦਾ ਰਵਈਆ ਵੀ ਹੁਣ ਜਿਹੜਾ ਇਹਨਾਂ ਪ੍ਰਤੀ ਬਦਲ ਗਿਆ ਪਰ ਇਹ ਇਨੇ ਸਾਲ ਜਿਨ੍ਹਾਂ ਦੀ ਵਿਚਾਰ ਧਾਰਕ ਜਾਂ ਕੋਈ ਸਿਧਾਂਤਕ ਤਾਰਤੇਵੀ ਉਹ ਪਾਰਟੀ ਕਿਤੇ ਹੋਰ ਖੜੀ ਆ ਇਹ ਕਿਤੇ ਹੋਰ ਖੜੀ ਆ ਸਿਧਾਂਤਕ ਤੌਰ ਤੇ ਵਿਰੋਧੀ ਨੇ ਅਸਲ ਚ ਠੀਕ ਹੈ ਨਾ ਦੂਜੇ ਦੇ ਵਿਰੋਧੀ ਸਹਾਜੀ ਇਹ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਦੇ ਆਸ਼ੇ ਅਨਸਾਰ ਬਣੀ ਪਾਰਟੀ ਆ ਜਿਹਦੇ ਤੋਂ ਹੁਣ ਬਿਨਾਂ ਸ਼ੱਕ ਦੂਰ ਜਾ ਚੁੱਕੇ ਆ ਤੇ ਉਹ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਗੁਰੂ ਦੀ ਗੋਲਕ ਤੇ ਕਬਜ਼ਾ ਕਰਕੇ ਰਾ ਇਹ ਆਪਣਾ ਰਾਜ ਭਾਗ ਹਾਸਲ ਕਰਨ ਵਾਲੇ ਲੋਕ ਤੇ ਗੁਰਦੁਆਰਿਆਂ ਚੋਂ ਆਪਣੀਆਂ ਮੁਹਿੰਮਾਂ ਚਲਾਉਣ ਵਾਲੇ ਉਹ ਮਤਲਬ ਧਰਮ ਨੂੰ ਸਿਆਸਤ ਨਾਲ ਜੋੜ ਕੇ ਹਾਕਮ ਬਣ ਕੇ ਬੈਠ ਗਿਆ ਠੀਕ ਹੈ ਤੇ ਵਪਾਰੀ ਬਣ ਕੇ ਬੈਠ ਗਿਆ ਅੱਧਾ ਪੰਜਾਬ ਲੋਕ ਕਹਿੰਦੇ ਆ ਭਈ ਚਾਹੇ ਉਹ ਕੇਬਲ ਚਾਹੇ ਉਹ ਟਰਾਂਸਪੋਰਟ ਹੋਵੇ ਚਾਹੇ ਉਹ ਰੇਲ ਹੋਵੇ ਤੇ ਇਹਨਾਂ ਨੇ ਸਭ ਕੁਝ ਤੇ ਪੰਜਾਬ ਦੇ ਤੇ ਕਬਜ਼ਾ ਕਰ ਕੀਤਾ ਹੋਇਆ ਕਰ ਰਿਹਾ ਠੀਕ ਹੈ ਤਾ ਹੁਣ ਇਹਨਾਂ ਨੂੰ ਉਹ ਤਾਨਾਸ਼ਾਹ ਦਿਸਦਾ ਤੇ ਹੁਣ ਇਹਨਾਂ ਨੂੰ ਤਾਨਾਸ਼ਾਹ ਹੀ ਦਿਸਣਾ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਤੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਆ ਪਰ ਤੇਜਪਾਲ ਜੀ ਮੈਂ ਫੇਰ ਇਹ ਅੱਜ ਕਹਿ ਦਿੰਦਾ ਕਿ ਲੋਕ ਅਜੇ ਵੀ ਇਹ ਪਾਵੇਂ ਜੋ ਮਰਜੀ ਬਿਆਨ ਇੱਕ ਦੂਜੇ ਦੇ ਖਿਲਾਫ ਦੇਈ ਜਾਣ ਭਾਜਪਾ ਅਕਾਲੀਆਂ ਦੇ ਤੇ ਅਕਾਲੀ ਭਾਜਪਾ ਦੇ ਸ਼ਰੂਣੀ ਅਕਾਲੀ ਦਲ ਲੋਕ ਕਹਿੰਦੇ ਵੀ ਅੰਦਰੋਂ ਅਜੇ ਵੀ ਇੱਕੋ ਹੀ ਆ ਵੱਡੇ ਬਾਦਲ ਸਾਹਿਬ ਦਾ ਕੋਈ ਬਿਆਨ ਨਹੀਂ ਆ ਰਿਹਾ ਇਸੇ ਕਰਕੇ ਚੁੱਪ ਤੇ ਨਹੀਂ ਵੀ ਕਿਤੇ ਆਹ ਜਿਹੜੇ ਆ ਮੁੱਕੇ ਕੰਮ ਤੇ ਮੈਂ ਮੁੜ ਕੇ ਫਿਰ ਮੋਦੀ ਸਾਹਿਬ ਹਾਂ ਤਾਂ ਗੋਡੀਆਂ ਹੱਥ ਲਵਾਵਾ ਸੋ ਲੋਕ ਅੱਜ ਵੀ ਇਹਨੂੰ ਇਦਾਂ ਹੀ ਦੇਖ ਰਹੇ ਆ ਜੀ ਤੇ ਬਹੁਤੇ ਲੋਕ ਤਾਂ ਆਵੇਂ ਕਹਿ ਦਿੰਦੇ ਆ ਵੀ ਵੱਡੇ ਬਾਦਲ ਸਾਹਿਬ ਜਿਹੜੇ ਆ ਉਹ ਪੈਂਟ ਥੱਲੇ ਖਾਕੀ ਨਿੱਕਰ ਪਾ ਕੇ ਰੱਖਦੇ ਆ ਜੀ 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 ਤੇ ਆਵੇਂ ਲੋਕ ਕਹਿ ਦਿੰਦੇ ਆ ਜੀ ਅੱਛਾ ਸਤੀ ਸਾਹਿਬ ਤਾਨਾਸ਼ਾਹ ਦੀ ਗੱਲ ਹੁੰਦੀ ਸੀ ਇੱਕ ਪਾਸੇ ਹੋਰ ਇਹਨਾਂ ਨੇ ਵੀ ਤਾਨਾਸ਼ਾਹ ਹੀ ਬੜੀ ਮਚਾਈ ਹੋਈ ਆ ਅਕਾਲੀ ਦਲ ਬਾਦਲ ਨੇ ਕਹਿੰਦੇ ਇਹਨਾਂ ਦੇ ਜੇਬ ਚੋਂ ਪ੍ਰਧਾਨ ਨਿਕਲਦੇ ਆ ਤੇ ਅੱਜ ਉਹ ਵੀ ਇਹ ਜਲਾਸ ਕਹਿੰਦੇ ਹੈਗਾ ਅ ਅੱਜ ਜਨਰਲ ਅਜਲਾਸ ਆ ਜੀ ਐਸਜੀਪੀਸੀ ਦਾ ਹਾਂਜੀ ਤੇ ਉਹ ਉਹਦਾ ਜਨਰਲ ਜਲਾਸ ਆ ਚੋਣ ਆ ਪ੍ਰਧਾਨ ਸਮੇਤ ਜਿਹੜੇ ਹੋਰ ਅਹੁਦੇਦਾਰ ਆ ਸੀਨੀਅਰ ਉਮੀਦਵਾਰ ਪ੍ਰਧਾਨ ਜੂਨੀਅਰ ਉਮੀਦਵਾਰ ਪ੍ਰਧਾਨ ਜਨਰਲ ਸਕੱਤਰ ਦੀ ਚੋਣ ਅੱਜ ਹੋ ਰਹੀ ਆ ਜੀ ਤੇ ਦੇਖੋ ਆਮ ਤੌਰ ਤੇ ਤਾਂ ਇਹ ਹੀ ਕਹਿੰਦੇ ਆ ਭਈ ਪਰਚੀ ਜਿਹੜੀ ਆ ਉਹ ਚਲਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵਾਂਗੀ ਸਾਰੇ ਅਧਿਕਾਰ ਜਿਹੜੇ ਆ ਪਈ ਬਾਦਲ ਸਾਹਿਬ ਦੀ ਝੋਲੀ 'ਚ ਪਾਤੇ ਬਲਸੁਖਵੀਰ ਬਾਦਲ ਸਾਹਿਬ ਦੀ ਝੋਲੀ 'ਚ ਪਾਤੇ ਆ ਤੇ ਜਿਹੜੇ ਅੰਤਰੰਕ ਕਮੇਟੀ ਮੈਂਬਰ ਬਣਨੇ ਨੇ ਉਹ ਵੀ ਪਈ ਜਿਹੜੇ ਉਹ ਕਿਹੜੇ ਉਮੀਦਵਾਰ ਬਣਾਏ ਜਾਣ ਤੇ ਬਾਕੀ ਅਹੁਦਿਆਂ ਲਈ ਕਿਹੜੇ ਉਮੀਦਵਾਰ ਬਣਾਏ ਕਿਉਂਕਿ ਇਹਨਾਂ ਨੇ ਤਾਂ ਐਂਡ ਕੰਪਨੀ ਬਣਾਇਆ ਹੋਇਆ ਨਾ ਐਂਜੀਪੀਸੀ ਜੀ 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 ਸ਼੍ਰੋਮਣੀ ਅਕਾਲੀ ਦਲ ਤਾਂ ਸਮਝਦੀ ਆ ਭਈ ਇਹ ਸਾਡੀ ਪ੍ਰਾਈਵੇਟ ਕੰਪਨੀ ਆ ਜਿੱਦਾਂ ਇਹ ਟਰਾਂਸਪੋਰਟ ਚਲਾਉਂਦੇ ਆ ਨਾ ਆਰਬਿਟ ਪੰਜਾਬ ਰੋਡਵੇਜ ਦੀਆਂ ਬੱਸਾਂ ਜਿਹੜੀਆਂ ਉਹਨੂੰ ਦਿੱਲੀ 에ਅਰਪੋਰਟ ਤੋਂ ਪਰੇ 4 ਮੀਲ ਰੁਕਿਆ ਜਾਂਦਾ ਇਹਨਾਂ ਦੀਆਂ ਬੱਸਾਂ 에ਅਰਪੋਰਟ ਤੇ ਜਾ ਕੇ ਲੱਗਦੀਆਂ ਠੀਕ ਆ ਸੋ ਇਹਨੂੰ ਮਿਲੀ ਭੁਗਤ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਸੋ ਅੱਜ ਹੁਣ ਜਿਹੜਾ ਆ ਉਹ ਸ਼ਾਮ ਤੱਕ ਸਾਰੇ ਜਿਹੜੇ ਆ ਤੇ ਉਹ ਇਹ ਆ ਭਈ ਵੋਟਾਂ ਤਾਂ ਕੀ ਪੈਣੀਆਂ ਜਿਹੜੇ ਜਿਨ੍ਹਾਂ ਨੂੰ ਇਹ ਚਾਹੁੰਦੇ ਆ ਉਹ ਬਣਾਉਣਗੇ ਕਿਉਂਕਿ ਬਹੁਮਤ ਇਹਨਾਂ ਦਾ ਹੈਗਾ ਹੂੰ ਤੇ ਸੋ ਦੇਖਿਏ ਕੀ ਬਣਦਾ ਅੱਜ ਜਿਹੜਾ ਜਨਰਲ اجلاس ਹੈਗਾ ਇਹਨਾਂ ਦਾ ਜੀ ਹਾਂਜੀ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਸਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇਜਪਾਲ ਜੀ ਔਰ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ